सतनाम श्री वाहे गुरु ਜਿਹੜੀ ਬਾਕੀ ਸੰਗਤ ਵੀ ਆਏਗੀ ਉਹ ਬੈਠ ਸਕੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਟੂ ਮਾਈ ਬ੍ਰਦਰਸ ਪਲੀਜ਼ ਕਮ ਫੋਰਵਰਡ ਅੱਗੇ ਹੋ ਜਾਓ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਢੋਲ ਅੱਗੇ ਬੈਠੇ ਨੇ ਜਿਹਨਾਂ ਕੋਲ ਨਹੀਂ ਬੈਠ ਹੁੰਦਾ ਦੱਸ ਡਿਫਰੈਂਟ ਪਰ ਜਿਹੜੇ ਚੌਂਕੜੇ ਸਮੇਤ ਬਹਿ ਸਕਦੇ ਨੇ ਉਹ ਜ਼ਰੂਰ ਅੱਗੇ ਹੋ ਕੇ ਬੈਠ ਕੇ ਗੱਜ ਕੇ ਬੋਲਣਾ ਸਕਦਾ ਕਿਸੇ ਦੀ ਰਸਨਾ ਵਾਂਝੀ ਨਾ ਰਵੇ ਵੇਖੋ ਕਿੰਨੀ ਖੁਸ਼ੀ ਦਾ ਮੌਕਾ ਸੈਲੀਬ੍ਰੇਸ਼ਨ ਖਾਲਸੇ ਪੰਥ ਦੇ ਸਿਰਜਣ ਦਿਵਸ ਵਿੱਚ ਵਾਸਤੇ ਫੋਰ ਦ ਬਰਥ ਆਫ ਦ ਖਾਲਸਾ ਆਪਾਂ ਸਾਰੇ ਰਲ ਕੇ ਬੈਠੇ ਹੋਏ ਹਾਂ ਭਾਵੇਂ ਅਪ੍ਰੈਲ ਵਿੱਚ ਆਪਾਂ ਵਿਸਾਖੀ ਦਾ ਦਿਹਾੜਾ ਮਨਾਇਆ ਸੀ ਪਰ ਗੁਰਮੁਖੋ ਮੈਂ ਤਾਂ ਕਹਿੰਦਾ ਕਿ ਰੋਜ਼ ਹੀ ਸਾਡੇ ਵਾਸਤੇ ਨਿੱਤ ਨਵਾਂ ਦਿਨ ਹੈ ਰੋਜ਼ ਸਿੱਖਾਂ ਵਾਸਤੇ ਕੋਈ ਸੰਗਰਾਂਦ ਮਨਾ ਰਿਹਾ ਕੋਈ ਕੁਛ ਦਿਨ ਮਨਾ ਰਿਹਾ ਪਰ ਗੁਰਮੁਖੋ ਸਾਡੇ ਸਿੱਖਾਂ ਵਾਸਤੇ ਐਵਰੀ ਸਿੰਗਲ ਡੇ ਇਜ਼ ਨਿਊ ਵਾਈ ਸਾਹਿਬ ਮੇਰਾ ਨੀਤ ਨਵਾਂ ਹੁਣ ਨਵਾਂ ਜੇ ਗੁਰੂ ਮਹਾਰਾਜ ਸਾਡੇ ਨਿੱਤ ਨਵੇਂ ਨੇ ਭਾਵ ਗੁਰੂ ਦਾ ਗਿਆਨ ਨਿੱਤ ਨਵਾਂ 40 ਸਾਲ ਹੋ ਗਏ ਨੇ ਉਹੀ ਜਪ ਜੀ ਸਾਹਿਬ ਦਾ ਪਾਠ ਬੀਨ ਡੂਇੰਗ ਦਾ ਸੇਮ ਜਪ ਜੀ ਸਾਹਿਬ ਐਵਰੀ ਡੇ ਐਂਡ ਡੇ ਆਊਟ ਸਵੇਰ ਨੂੰ ਉੱਠ ਕੇ ਉਹੀ ਜਪ ਜੀ ਸਾਹਿਬ ਦਾ ਅਭਿਆਸ ਕਰ ਰਹੇ ਹਾਂ ਪਰ ਰੋਜ਼ ਐਵਰੀ ਸਿੰਗਲ ਡੇ ਸਾਨੂੰ ਕੁਛ ਨਵਾਂ ਪ੍ਰਾਪਤ ਹੁੰਦਾ ਗਿਆ ਸਾਨੂੰ ਨਵੀਂ ਸਿੱਖਿਆ ਮਿਲਦੀ ਹੈ ਤਾਂ ਹੀ ਆਪਾਂ ਰੋਜ਼ ਗੁਰਬਾਣੀ ਪੰਜ ਬਾਣੀਆਂ ਦਾ ਨਿਤਨੇਮ ਕਰ ਰਹੇ ਹਾਂ ਸ਼ਾਮ ਨੂੰ ਸੋਦਰ ਵੇਲੇ ਆਪਾਂ ਰਹਿਰਾ ਸਾਹਿਬ ਦਾ ਜਾ ਬਿਫੋਰ ਵੀ ਗੋ ਸ੍ਰੀ ਕੀਰਤਨ ਸੋਹਿਲਾ ਇਸ ਕਰਕੇ ਗੁਰਮੁਖੋ ਅੱਜ ਮਨ ਕਰਦਾ ਕਿ ਕਲਗੀਧਰ ਪਾਤਸ਼ਾਹ ਦੀਆਂ ਵਿਚਾਰਾਂ ਕਰੀਏ ਕੱਲ੍ਹ ਨਗਰ ਕੀਰਤਨ ਦਾ ਦਿਹਾੜਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹਰ ਜਸ ਕਰਦੇ ਹੋਏ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਨੀਆਂ ਨੇ ਪਰ ਹੁਣ ਆਓ ਜਿੰਨਾ ਕੁ ਸਮਾਂ ਮਾਰਾ ਸੇਵਾ ਬਖਸ਼ਣਗੇ ਆਪਾਂ ਸਾਰਿਆਂ ਨੇ ਆਪੋ ਆਪਣੀ ਰਸਨਾ ਸਮਿੱਤਰ ਕਰਨੀ ਆ ਗੱਜ ਕੇ ਬੋਲਿਓ ਭਾਈ ਕਿਸ ਦੀ ਰਸਨਾ ਵਾਂਝੀ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ Thank you.
Thank you.
We're privileged to be sitting in the presence of Sant Guru Granth Sahib Maharaj. Main jadon vi aunda itthe Prince George, whenever we've come here, tusi badi vaar sunya hoga ki bhagan wala bada kehnda ki jehde sangat vich aunde ne. Aramb karan ton pehla hi aakda, you are so privileged, you are so vadde bhag ne aapji de, that you're sitting here right now. And it's the truth, Gurmukho. Asaliyat vich gal eh aa, ਕੰਮ ਬੜੇ ਸੋਚੇ ਹੁੰਦੇ ਨੇ ਦਿਲ ਵਿੱਚ, ਆਹ ਵੀ ਕਰਨਾ, ਆਹ ਵੀ ਕਰਨਾ, ਆਹ ਵੀ ਕਰਨਾ. ਵੀ ਥਿੰਕ ਅਬਾਊਟ ਸੋ ਮੈਨੀ ਥਿੰਗਸ. ਆਪਾਂ ਇਹ ਵੀ ਸੋਚਦੇ ਹਾਂ ਕਿ ਸ਼ਾਮ ਨੂੰ ਇੱਧਰ ਵੀ ਜਾਣਾ, ਪ੍ਰਾਹੁਣਿਆਂ ਨੇ ਵੀ ਆਉਣਾ, ਇੱਧਰ ਵੀ ਕੰਮ ਕਰਨ ਵਾਲੇ ਨੇ, ਆਹ ਵੀ ਕੰਮ ਪਏ ਨੇ. ਪਰ ਉਹ ਹੁੰਦਾ ਜੋ ਕਰਤਾਰ ਨਿਭਾਉਂਦਾ. ਦੈਟ ਵਰਕ ਇਜ਼ ਡਨ ਵਿਚ ਇਜ਼ ਪਲੀਜ਼ਡ ਬਾਈ ਗੋਡ ਹਿਮਸੈਲਫ. ਆਪਾਂ ਤਾਂ ਬੜਾ ਕੁਛ ਯਤਨ ਕਰਦੇ ਹਾਂ ਜ਼ਿੰਦਗੀ ਵਿੱਚ, ਆਹ ਹੋ ਜਾਏ, ਘੜਾ ਘਰ ਵੱਡਾ ਪਾ ਲਈਏ. ਹਰ ਵੀ ਬਿੰਦ ਲਾਚੀ ਮੈਂ ਕੱਲ੍ਹ ਵੀ ਬੇਨਤੀਆਂ ਕੀਤੀਆਂ ਸੀ, ਵੀ ਡੂ ਸੋ ਮਚ to become something in life, par karde karde utthi reh jande ne, sari zindagi la lende ha par us manzil te nahi pahunchde.
ਇਸ ਕਰਕੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਆਸਾ ਦੀ ਵਾਰ ਦਾ ਜਾਪ ਸਾਰੇ ਕਰਦੇ ਹੋ, ਕਿ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋ। ਵੀ ਉਹ ਚੁੰਚਣਾ ਕਿ ਮੈਂ ਆਹ ਵੀ ਕੰਮ ਕਰ ਲਾਂ, ਆਹ ਵੀ ਕੰਮ ਕਰ ਲਾਂ, ਪਰ ਜੋ ਕਰਤਾਰ ਨੂੰ ਭਾਉਂਦਾ ਉਹੀ ਕੰਮ ਹੁੰਦਾ। ਇਸ ਕਰਕੇ ਗੁਰਮੁਖੋ, ਜੇ ਆਪਾਂ ਇਤਿਹਾਸ ਵਿੱਚ ਵੇਖੀਏ, ਕਲਗੀ ਧਰ ਮਹਾਰਾਜ ਕੀ ਨਹੀਂ ਕਰ ਸਕਦੇ ਸੀ, ਸੋਚੋ ਜੀ ਗੱਲ। ਸਰਵ ਕਲਾ ਸਮਰੱਥ ਸੀ, ਦੇ ਪਰਫੈਕਟ ਬੀਨ, ਦੇ ਪਰਫੈਕਟ ਬੀਨ, ਵੱਖਰਾਂ ਦੇ ਵੀ ਕੀ ਲੋੜ ਸੀ ਚਾਰੇ ਲਾਲਾਂ ਨੂੰ ਵਾਰ ਆਉਣ ਦੀ, ਸੋਚਣ ਦੀ ਗੱਲ। ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਟੂ ਸੈਕਰੀਫਾਈਸ ਹਿਸ ਫੋਰ ਬਿਲਵਡ ਸਨਸ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਕੋਈ ਲੋੜ ਤਾਂ ਨਹੀਂ ਸੀ। ਪਰ ਮਹਾਰਾਜ ਜਾਣਦੇ ਸੀਗੇ ਬਚਪਨ ਚੋਂ ਹੀ, ਜਦੋਂ ਛੋਟੀਆਂ ਉਮਰਾਂ ਸੀਗੀਆਂ ਲਾਲਾਂ ਦੀਆਂ, ਮਹਾਰਾਜ ਉਸ ਤੋਂ ਹੀ ਰਮਜਾ ਮਾਰ ਲੱਗ ਗਏ ਸੀ। ਦੇ ਸਟਾਰਟਡ ਟੈਲਿੰਗ। ਇੱਕ ਸਮਾਂ ਆਉਂਦਾ ਇਤਿਹਾਸ ਵਿੱਚ, ਮਾਤਾ ਗੁਜਰ ਕੌਰ ਗੋਜ਼ ਅਪ ਟੂ ਦ ਛੋਟੇ ਸਾਹਿਬਜ਼ਾਦੇ, ਛੋਟੇ ਲਾਲ ਕਲਗੀਧਰ ਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਆਪਸ ਵਿੱਚ ਹੀ ਖੇਡ ਦਿੰਦੇ, ਜਸਟ ਪਲੇਇੰਗ ਬਿਟਵੀਨ ਦੈਮਸੈਲਵਸ। ਇੱਕ ਪਾਸੇ ਕੱਚੀ ਕੰਧ ਦਾ, ਅ ਵਾਲ ਦੈਟ ਵਾਸ ਜਸਟ ਨਿਊਲੀ ਬਿਲਟ, ਕੱਚੀ ਕੰਧ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਵਿੱਚ, ਇਟ ਵਾਸ ਫਰੈਸ਼ਲੀ ਜਸਟ ਬੀਨ ਲੇਡ, ਦ ਬ੍ਰਿਕਸ ਹੈਡ ਬੀਨ ਲੇਡ, ਦ ਸਿਮੈਂਟ ਵਾਸ ਵੈਟ। ਐਂਡ ਜਦੋਂ ਮਾਤਾ ਗੁਜਰ ਕੌਰ ਨੇ ਵੇਖਿਆ ਕਿ ਮੇਰੇ ਛੋਟੇ ਲਾਲ ਕੱਚੀ ਕੰਧ ਕੋਲ ਖੇਡਦੇ ਨੇ, ਮਾਤਾ ਗੁਜਰ ਕੌਰ ਬੜੀ ਹੈਰਾਨ ਹੋਈ, ਕ੍ਰੋਧ ਵਿੱਚ ਨਹੀਂ ਕਹਿ ਸਕਦੇ, ਵੀ ਰਸ ਵਿੱਚ ਆਈ। ਗੁਰਮੁਖ ਤਾਂ ਹਮੇਸ਼ਾ ਅੰਦਰੋਂ ਇੱਕ ਰਸ ਵਿੱਚ ਹੁੰਦਾ, ਖੁਸ਼ੀ ਦਾ ਸਮਾਂ ਆਵੇ, ਗਮੀ ਦਾ ਸਮਾਂ ਆਵੇ, ਜਿਹੜਾ ਗੁਰਸਿੱਖ ਜੁੜਿਆ ਹੋਇਆ, ਭਾਵ ਗੁਰਸਿੱਖ ਆਪਾਂ ਨਹੀਂ ਹੈ, ਆਪਾਂ ਕਹਿ ਦਿੰਦੇ ਹਾਂ ਫਲਾਨਾ ਗੁਰਸਿੱਖ ਆਇਆ ਭਾਈ, ਫਲਾਨਾ ਗੁਰਸਿੱਖ ਆਇਆ ਭਾਈ, ਸਾਨੂੰ ਵੀ ਲੋਕ ਗੁਰਸਿੱਖ ਕਹਿੰਦੇ ਆ। ਹੂ ਇਜ਼ ਅ ਗੁਰਸਿੱਖ? ਗੁਰਸਿੱਖ ਉਹ ਆ ਜਿਹਨੇ ਗੁਰੂ ਦੀ ਸਿੱਖਿਆ ਆਪਣੇ ਜੀਵਨ ਵਿੱਚ ਢਾਲ ਲਈ ਹੋਈ ਹੈ। ਇਹ ਨਹੀਂ ਕਿ ਅੰਮ੍ਰਿਤ ਛਕ ਲਿਆ ਆਪਾਂ ਗੁਰਸਿੱਖ ਬਣ ਗਏ, ਗੁਰਮੁਖ ਵੀ ਬਣਨਾ ਬੜੀ ਔਖੀ ਗੱਲ ਆ, ਗੁਰਮੁਖ ਵੀ ਬਣਨਾ। ਗੁਰਮੁਖ ਉਹ ਆ ਜਿਹਦਾ ਮੁਖੜਾ ਗੁਰੂ ਵੱਲ ਹਮੇਸ਼ਾ ਹੋਵੇ, ਭਾਵ ਜੋ ਗੁਰਬਾਣੀ ਕਹਿੰਦੀ ਆ ਸੱਤ ਸੱਤ ਕਰਕੇ ਮੰਨਣ, ਦਾ ਇਜ਼ ਅ ਗੁਰਮੁਖ, ਦਾ ਆਲਵੇਜ਼ ਫੇਸਿਸ ਹਿਸ ਗੁਰੂ, ਫੇਸਿੰਗ ਯੋਰ ਗੁਰੂ, ਵਾਟ ਡਸ ਦੈਟ ਮੀਨ, ਵਾਟਐਵਰ ਯੋਰ ਗੁਰੂ ਸੇਜ਼ ਯੂ ਲਿਵ ਅਪਨ ਦੈਟ। ਗੁਰਬਾਣੀ ਵਿੱਚ ਆਖਦੇ ਹੋਏ ਬੜੇ ਲੋਕ ਕਹਿੰਦੇ ਨੇ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਆ, ਮਨ ਸਾਫ਼ ਹੋਵੇ ਬਸ, ਮਨ ਸਾਡਾ ਸਾਫ਼ ਆ, ਪੜ੍ਹੇ ਲਿਖੇ ਪੜ੍ਹਾਏ ਕਹਿ ਦਿੰਦੇ, ਜਿਹਨਾਂ ਨੇ ਜ਼ਿਆਦਾ ਗਿਆਨ ਪ੍ਰਾਪਤ ਕਰ ਲਿਆ ਹੋਵੇ ਉਹ ਕਹਿੰਦੇ ਨੇ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਆ, ਵਾਟ ਇਜ਼ ਦ ਨੀਡ ਆਫ ਟੇਕਿੰਗ ਅੰਮ੍ਰਿਤ, ਆਪਾਂ ਛਕਿਆ ਹੀ ਆ, ਮਨ ਸਾਫ਼ ਆ। ਪਰ ਗੁਰਮੁਖੋ ਕਲਗੀਧਰ ਮਹਾਰਾਜ ਨੂੰ ਪੁੱਛੀਏ ਅੰਮ੍ਰਿਤ ਦੀ ਲੋੜ ਆ, ਅੰਦਰੋਂ ਆਵਾਜ਼ ਉੱਠੇਗੀ, ਜਿਹੜੇ ਕਹਿੰਦੇ ਨੇ ਕਿ ਮਨ ਸਾਫ਼ ਹੋਣਾ ਚਾਹੀਦਾ, ਤੁਸੀਂ ਵੀ ਪੁੱਛ ਕੇ ਵੇਖੋ, ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਲੋੜ ਆ, ਅੰਦਰੋਂ ਆਵਾਜ਼ ਉੱਠੇਗੀ, ਮਹਾਰਾਜ ਕਹਿਣਗੇ ਸਿੱਖਾ ਮੈਨੂੰ ਤਾਂ ਲੋੜ ਸੀ, ਜੇ ਤੈਨੂੰ ਨਹੀਂ ਲੋੜ ਤੂੰ ਵੇਖ। ਕਲਗੀਧਰ ਮਹਾਰਾਜ ਕਹਿੰਦੇ ਨੇ ਕਿ ਮੈਂ ਪੰਜਾਂ ਸਿੰਘਾਂ ਅੱਗੇ, ਆਈ ਬਾਵ ਡਾਊਨ, ਆਈ ਬੈਗਡ, ਆਈ ਵੈਂਟ ਔਨ ਮਾਈ ਨੀ ਐਂਡ ਆਈ ਸੈਡ, ਦਿਆ ਸਿੰਘਾ ਮੈਨੂੰ ਵੀ ਅੰਮ੍ਰਿਤ ਛਕਾ ਦੇ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ, ਮੈਂ ਵੀ ਅੰਮ੍ਰਿਤ ਦੀ ਦਾਤ ਮੰਗੀ। ਪਰ ਸਾਨੂੰ ਔਖਾ ਲੱਗਦਾ ਅੰਮ੍ਰਿਤ ਛਕਣਾ, ਪਰ ਜਿਹਨਾਂ ਨੇ ਛਕ ਲਿਆ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਇਹ ਆਖਣਗੇ, ਮੈਂ ਬੜੀ ਵਾਰੀ ਸਟੇਜ 'ਤੇ ਗੱਲ ਕਹੀ ਆ, ਜਿਹਨਾਂ ਨੇ ਅੰਮ੍ਰਿਤ ਛਕ ਲਿਆ ਉਹ ਇਹ ਕਹਿਣਗੇ 40 ਸਾਲ ਆਪਾਂ ਉਹੀ ਭੁੱਲੇ ਫਿਰਦੇ ਰਹੇ, ਅਸਲ ਤਾਂ ਗੱਲ ਆਨੰਦ ਹੁਣ ਆਇਆ ਜ਼ਿੰਦਗੀ ਦਾ, ਪਹਿਲਾਂ ਹੀ ਛਕ ਲੈਂਦੇ ਆਪਾਂ, ਪਹਿਲਾਂ ਹੀ ਛਕ ਲੈਂਦੇ, ਹੁਣ ਆਨੰਦ ਆ ਰਿਹਾ ਜ਼ਿੰਦਗੀ ਦਾ, ਕਿ ਕਿਵੇਂ ਜਿਉਣਾ, ਕਿਵੇਂ ਰਹਿਣਾ, ਕਿਵੇਂ ਉੱਠਣਾ, ਕਿਵੇਂ ਸੌਣਾ, ਗੁਰਬਾਣੀ ਜੱਚਾ ਸਿਖਾਲਦੀ ਆ। ਮੈਂ ਪਰਸੋਂ ਵੀ ਪਹਿਲੇ ਦੀਵਾਨ 'ਚ ਆਖਿਆ ਸੀ ਕਿ ਗੁਰਮਿਲ ਚਰਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਗੁਰਬਾਣੀ ਥਾਉਸਸ ਗੁਰਮਿਲ ਬਾਈ ਮੀਟਿੰਗ ਯੋਰ ਗੁਰੂ, ਗੁਰੂ ਇਜ਼ ਅ ਟੀਚਰ, ਗੁਰੂ ਡਾਰਕਨੈਸ ਟੂ ਲਾਈਟ, ਗੁਰੂ ਟੇਕਸ ਯੂ ਫਰੋਮ ਡਾਰਕਨੈਸ ਟੂ ਲਾਈਟ, ਭਾਵ ਗਿਆਨ ਨਹੀਂ ਹੈ, ਹਨੇਰੇ ਵਿੱਚ ਫਿਰਦੇ ਹਾਂ, ਗੁਰਬਾਣੀ ਤੋਂ ਗਿਆਨ ਲੈ ਕੇ ਹਨੇਰੇ 'ਚੋਂ ਬੰਦਾ ਦੂਰ ਹੋ ਕੇ ਪ੍ਰਕਾਸ਼ ਵਿੱਚ ਜਾਂਦਾ। ਹੁਣ ਆਪਾਂ ਹਮੇਸ਼ਾ ਪੜ੍ਹਦੇ ਰਹੇ ਹਾਂ, ਕੱਲ ਤਾਰਨ ਗੁਰੂ ਨਾਨਕ ਆਇਆ, ਆਪਾਂ ਪੜ੍ਹਦੇ ਆਏ ਹਾਂ ਕਿ ਤਾਰਨ ਕਿਵੇਂ ਆਉਣਾ, ਸਾਡੇ ਅੰਦਰੋਂ ਜਿਹੜੀ ਅਵਸਥਾ, ਅਵਸਥਾ ਸਾਡੀ ਕੱਲ ਯੁੱਗੀ ਬਣ ਬਣ ਗਈ, ਕੱਲ ਯੁੱਗੀ ਬਣ ਬਣ ਗਈ। ਲੋਕ ਕਹਿੰਦੇ ਨੇ ਸੱਤ ਯੁੱਗ ਆਏਗਾ, ਯੁੱਗ ਇਸ ਸਟੇਜ ਐਂਡ ਏਜ, ਸੱਤ ਯੁੱਗ ਜਿੱਥੇ ਸੱਚ ਹੀ ਸੱਚ ਹੋਣਾ। ਹੁਣ ਆਪਾਂ ਕੱਲ ਯੁੱਗ ਵਿੱਚ ਰਹਿ ਰਹੇ ਹਾਂ, ਗੁਰਮੁਖੋ ਕੱਲ ਯੁੱਗ ਵਿੱਚ ਨਹੀਂ ਰਹਿ ਰਹੇ। ਅਭਿਆਸੀ ਸਿੰਘ ਨੂੰ ਪੁੱਛ ਕੇ ਵੇਖ, ਭਾਈ ਤੂੰ ਕੱਲ ਯੁੱਗ ਵਿੱਚ ਰਹਿ ਰਿਹਾ? ਉਹ ਆਖੇਗਾ ਕਿ ਮੈਨੂੰ ਤਾਂ ਸੱਚ ਹੀ ਸੱਚ ਦਿਸ ਰਿਹਾ, ਉਹਨੇ ਆਪਣੀ ਅਵਸਥਾ
ਇੱਥੋਂ ਤੱਕ ਲੈ ਗਏ ਆਪਣੀ ਅਵਸਥਾ ਹਿਸ ਥਿੰਕਿੰਗ ਕਿ ਸਤਜੁਗ ਉਹਨੂੰ ਸਤਜੁਗ ਹੀ ਦਿਸ ਰਿਹਾ ਸਾਰੇ ਪਾਸੇ ਕਿਉਂ ਗੁਰਬਾਣੀ ਨਾਲ ਜੁੜ ਕੇ ਸੱਚ ਨਾਲ ਜੁੜ ਕੇ ਸਤੀ ਯੁਗ ਦਿਸੇ ਸੀ ਆਪਾਂ ਕਲ ਯੁਗ ਵਿੱਚ ਰਹਿ ਰਹੇ ਹਾਂ ਕਲ ਯੁਗ ਵਿੱਚ ਕਿਉਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸਪਾਈ ਵਾਈਸਿਸ ਇਹ ਪੰਜ ਚੋਰ ਸਾਡੇ ਤੇ ਹਾਵੀ ਹੋਏ ਨੇ ਕਿਤੇ ਕਾਮ ਆ ਜਾਂਦਾ ਕਿਤੇ ਕ੍ਰੋਧ ਆ ਜਾਂਦਾ ਕਿਤੇ ਲੋਭ ਆ ਜਾਂਦਾ ਕਿਤੇ ਮੋਹ ਆ ਜਾਂਦਾ ਕਿਤੇ ਹੰਕਾਰ ਆ ਜਾਂਦਾ ਕਿ ਮੇਰੇ ਵਰਗਾ ਕੋਈ ਪ੍ਰਚਾਰਕ ਨਹੀਂ ਹੈ ਆਉਂਦਾ ਤਾਂ ਸਭਨਾ ਵਿੱਚ ਹੀ ਆ ਪਰ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਤੋਂ ਬਚਾ ਕੇ ਰੱਖ ਲਿਓ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਸੰਗਤ ਸਾਰੇ ਆਪਣੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਆਈਏ ਵਿਚਾਰ ਵਿੱਚ ਮਾਤਾ ਗੁਜਰ ਕੌਰ ਕਹਿਣ ਲੱਗੀ ਮੇਰੇ ਲਾਲ ਕੱਚੀ ਕੰਧ ਕੋਲ ਖੇਡਦੇ ਨੇ ਭਾਈ ਮਾਨ ਸਿੰਘ ਉਸ ਵੇਲੇ ਦੇ ਹੀ ਟੂ ਬੀ ਦ ਬੇਬੀ ਸਿਟਰ ਫੋਰ ਦ ਸਾਹਿਬਜ਼ਾਦੇ ਦੇਖਭਾਲ ਕਰਿਆ ਕਰਦਾ ਸੀ ਮਾਤਾ ਜੀ ਕਹਿਣ ਲੱਗੀ ਕਿ ਤੈਨੂੰ ਜ਼ਿੰਮੇਵਾਰੀ ਕੱਲ ਕੀ ਧਰ ਪਾਤਸ਼ਾਹ ਨੇ ਬਖਸ਼ੀ ਹੋਈ ਆ ਮੇਰੇ ਲਾਲ ਨੇ ਬਖਸ਼ੀ ਆ ਕਿ ਮੇਰੇ ਪੋਤਿਆਂ ਨੂੰ ਦੇਖਭਾਲ ਰੱਖਿਆ ਕਰ ਵਧੀਆ ਸੰਭਾਲਿਆ ਕਰ ਲੁੱਕ ਆਫਟਰ ਦੈਮ ਉਸ ਵੇਲੇ ਮਾਤਾ ਗੁਜਰ ਕੌਰ ਕਹਿ ਰਹੇ ਨੇ ਉਧਰੋਂ ਕਲਗੀਧਰ ਮਹਾਰਾਜ ਆਪਣੇ ਮਹਿਲਾਂ ਵਿੱਚੋਂ ਬਾਹਰ ਆ ਜਾਂਦੇ ਦੇਖੋ ਮੈਂ ਉਹਦਾ ਹਾਊਸ ਦਾ ਮਹਿਲ ਕਲਗੀਧਰ ਮਹਾਰਾਜ ਬਾਹਰ ਨਿਕਲ ਕੇ ਆਏ ਕਹਿਣ ਲੱਗੇ ਗੁਰੂ ਘਰ ਵਿੱਚ ਤੱਤੀਆਂ ਹਵਾਵਾਂ ਵਗਦੀਆਂ ਨੇ ਵਟਸ ਹੈਪਨਿੰਗ ਹੇ ਵਾਈ ਇਜ਼ ਦੇਅਰ ਸੋ ਮਚ ਨੋਇਜ਼ ਮਾਤਾ ਜੀ ਵਾਈ ਆਰ ਯੂ ਸੋ ਅਪਸੈਟ ਉਸ ਵੇਲੇ ਮਾਤਾ ਜੀ ਕਹਿਣ ਲੱਗੀ ਲਾਲ ਤੁਸੀਂ ਇਹਨਾਂ ਨੂੰ ਆਖਿਆ ਕਿ ਦੇਖਭਾਲ ਕਰਿਆ ਕਰੋ ਇਹ ਵੇਖੋ ਕੱਚੀ ਕੰਧ ਕੋਲ ਲਾਲ ਖੇਡਦੇ ਨੇ ਕਲਗੀਧਰ ਪਾਤਸ਼ਾਹ ਮੁਸਕਰਾਏ ਦੇ ਸਮਾਇਓ ਅਨ ਗੰਭੀਰਤਾ ਵਿੱਚ ਕਲਗੀਧਰ ਗੰਭੀਰਤਾ ਮੀਨਿੰਗ ਦ ਵਨ ਸਾਈਲ ਚੁੱਪ ਹੋ ਗਏ ਮਹਾਰਾਜ ਨੇਤਰ ਬੰਦ ਕੀਤੇ ਨੇਤਰ ਬੰਦ ਕਰਨ ਅਨੁਸਾਰ ਅੱਖਾਂ ਖੋਲੀਆਂ ਜਦੋਂ ਖੋਲੀਆਂ ਮਹਾਰਾਜ ਕਹਿਣ ਲੱਗੇ ਮਾਤਾ ਜੀ ਅੱਜ ਤੁਸੀਂ ਕਹਿ ਰਹੇ ਆ ਅੱਜ ਮਾਨ ਸਿੰਘ ਨੂੰ ਦੋਸ਼ ਦੇ ਰਹੀ ਆ ਜੋ ਬਲੇਮਿੰਗ ਮਾਨ ਸਿੰਘ ਫੋਰ ਯੋਰ ਕਿਡਸ ਟੂ ਬੀ ਪਲੇਇੰਗ ਬਾਈ ਦ ਕੱਚੀ ਕੰਧ ਦ ਬੋਲ ਦਾ ਇਜ਼ ਜਸਟ ਨਿਊਲੀ ਬੀਨ ਬਿਲਟ ਯੂ ਆਰ ਸੇਇੰਗ ਟੂ ਮਾਨ ਸਿੰਘ ਟੂਡੇ ਪਰ ਇੱਕ ਦਿਨ ਆਏਗਾ ਇਹੀ ਕੰਧਾਂ ਨੇ ਤੇਰੇ ਲਾਲ ਤੇਰੇ ਤੋਂ ਦੂਰ ਲੈ ਜਾਣੇ ਆਖੋ ਸਤਨਾਮ ਆਖੋ ਸਤਨਾਮ ਅ ਡੇ ਵਿਲ ਕਮ ਦੈਟ ਯੋਰ ਯੰਗਰ ਸਨਸ ਵਿਲ ਬੀ ਟੇਕਨ ਬਾਈ ਦਿਸ ਵੋ ਅਨ ਉਹ ਦਿਨ ਆਇਆ ਸਾਨੂੰ ਸਭ ਨੂੰ ਪਤਾ ਸਾਨੂੰ ਸਭ ਨੂੰ ਪਤਾ ਪਰ ਮੈਂ ਬੇਨਤੀ ਕਰ ਰਿਹਾ ਸੀ ਕਿਉਂ ਕਲਗੀਧਰ ਮਹਾਰਾਜ ਨੇ ਲਾਲ ਮਾਰਿਆ ਦਮਦਮਾ ਸਾਹਿਬ ਦੀ ਧਰਤੀ ਤੇ ਮੈਂ ਸੰਖੇਪ ਬੇਨਤੀਆਂ ਕਰਨਾ ਦਮਦਮਾ ਸਾਹਿਬ ਦੀ ਧਰਤੀ ਤੇ ਦਮਦਮਾ ਸਾਹਿਬ ਵਾਈ ਡੂ ਵੀ ਸੇ ਦਮਦਮਾ ਸਾਹਿਬ ਫੋਰ ਦ ਰੀਜ਼ਨ ਵੀ ਕਾਲ ਦੈਟ ਪਲੇਸ ਦਮਦਮਾ ਸਾਹਿਬ ਇਜ਼ ਕਿਉਂਕਿ ਗੁਰੂ ਮਹਾਰਾਜ ਵੈਂਟ ਟੂ ਦੈਟ ਪਲੇਸ ਐਂਡ ਉਸ ਥਾਂ ਤੇ ਜਾ ਕੇ ਮਹਾਰਾਜ ਨੇ ਦਮ ਲੈ ਲਿਆ ਕਮਰ ਕੱਸਾ ਲਾਇਆ ਸੀ ਦੈ ਓਪਨ ਦਾ ਕਮਰ ਕੱਸਾ ਉੱਥੇ ਮਹਾਰਾਜ ਨੇ ਜੰਗਾਂ ਯੁੱਧਾਂ ਤੋਂ ਰੈਸਟ ਕਹਿ ਲਓ ਰੈਸਟ ਕੀਤੀ ਸੀਗੀ ਮਹਾਰਾਜ ਨੇ ਦੈਟ ਟਾਈਮ ਦਮਦਮਾ ਸਾਹਿਬ ਐਂਡ ਸੰਗਤ ਵੀ ਬੈਠੀ ਹੋਈ ਆ ਮਾਤਾ ਸੁੰਦਰੀ ਐਂਡ ਮਾਤਾ ਸਾਹਿਬ ਕੌਰ ਜੀ ਦੇਖੋ ਰਨਿੰਗ ਇੰਟੂ ਦ ਦਰਬਾਰ ਇੱਕ ਪਾਸੇ ਸਿੰਘ ਬੈਠੇ ਨੇ ਇੱਕ ਪਾਸੇ ਕਲਗੀਧਰ ਮਹਾਰਾਜ ਦੀਆਂ ਧੀਆਂ ਬੈਠੀਆਂ ਹੋਈਆਂ ਦਰਬਾਰ ਵਿੱਚ ਆਏ ਦੇਖੋ ਰਨਿੰਗ ਜਿਵੇਂ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦੀਦਾਰੇ ਦਿੰਦੇ ਨੇ ਇਸੇ ਤਰ੍ਹਾਂ ਕਲਗੀਧਰ ਮਹਾਰਾਜ ਸਿੰਘ ਔਨ ਦ ਥਰੋਨ ਇਨ ਦਮਦਮਾ ਸਾਹਿਬ ਦਮਦਮਾ ਸਾਹਿਬ ਬੈਠੇ ਤਖਤਾਂ ਤੇ ਮਾਤਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਰੀ ਸੰਗਤ ਦਿਸਦੀ ਆ ਸਿੰਘ ਦਿਸਦੇ ਨੇ ਪਰ ਲਾਲ ਨਜ਼ਰ ਲਾਲ ਨਹੀਂ ਦਿਸਦੇ ਸਾਰੇ ਗੱਜ ਕੇ ਬੋਲਿਓ ਪਹਿਲੇ ਹਿੱਸੇ ਵਿੱਚ ਦਾਸ ਫਿਰ ਸਾਰੇ ਸਿੰਘ ਬੋਲਿਆ ਕਰੋ ਤੀਸਰੇ ਹਿੱਸੇ ਵਿੱਚ ਸਾਰੀਆਂ ਮਾਤਾਵਾਂ ਭੈਣਾਂ ਗੱਜ ਕੇ ਬੋਲਿਆ ਕਰੋ ਮਾਤਾ ਜੀ ਕਹਿਣ ਲੱਗੀ ਸੱਚੇ ਪਾਤਸ਼ਾਹ ਕਿੱਥੇ ਗਏ ਸਭ ਸੰਗਤ ਦਿਸਦੀ ਆ ਸਭ ਸੰਗਤ ਦਿਸਦੀ
ਬੱਚੇ ਜਾਂ ਦੁੱਖ ਸਾਨੂੰ ਜ਼ਿਆਦਾ ਲੱਗਦਾ ਕਿਉਂ ਸਾਨੂੰ ਉਹਦੇ ਨਾਲ ਲੋਭ ਜਿਹਾ ਰਿਹਾ ਸਾਡਾ $1,000 ਚੱਲ ਜੇ ਸਾਨੂੰ ਕਿੰਨਾ ਦੁੱਖ ਲੱਗੇਗਾ ਜਿਸ ਸਹੀ ਵੀ ਲੂਜ $1,000 ਕਿੰਨਾ ਕੁ ਖਰਾਬ ਨੂੰ ਨੀਂਦ ਨਹੀਂ ਆਉਂਦੀ ਮੈਂ ਬਟੂਏ 'ਚ ਰੱਖਿਆ ਸੀ ਕਿੱਥੇ ਚਲੇ ਗਿਆ ਸਾਰਾ ਘਰ ਖੋਲ ਕੇ ਵੇਖਦੇ ਹਾਂ ਲੁੱਕ ਅਰਾਊਂਡ ਦਾ ਹਾਊਸ ਐਵਰੀਵੇਅਰ ਕਿ $1,000 ਸੀ ਮੇਰਾ ਕਿੱਥੇ ਗਿਆ ਪਰ ਜੇ ਕੋਈ ਆ ਕੇ ਦੱਸੇ ਕਿ ਮੇਰਾ $1,000 ਚਲ ਗਿਆ ਉਹ ਕੋਈ ਟੈਨਸ਼ਨ ਨਹੀਂ ਹੁੰਦੀ ਨਹੀਂ ਹੁੰਦੀ ਕਿਉਂ ਕਰਕੇ ਸਾਨੂੰ ਆਪਣੇ ਨਾਲ ਹੀ ਮੋਹ ਸਾਨੂੰ ਆਪਣੇ ਬੱਚਿਆਂ ਨਾਲ ਮੋਹ ਆ ਸਾਨੂੰ ਆਪਣੇ ਘਰ ਨਾਲ ਹੀ ਮੋਹ ਆ ਸਾਨੂੰ ਆਪਣੇ ਪਰਿਵਾਰ ਨਾਲ ਮੋਹ ਆ ਸਾਨੂੰ ਕਿਸੇ ਦਾ ਦੁੱਖ ਨਹੀਂ ਸਾਡੇ ਬਰਾਬਰ ਦਾ ਹੋਵੇ ਆਪਾਂ ਪੱਥਰ ਦੇ ਇਨਸਾਨ ਹੋ ਗਏ ਹਾਂ ਗੁਰਮੁਖੋ ਪੱਥਰ ਦੇ ਇਨਸਾਨ ਕਲਗੀ ਤਾਂ ਮਰ ਸਕਦਾ ਤੇ ਬੈਠੇ ਨੇ ਕੋਈ ਗੱਲ ਨਹੀਂ ਇਹ ਵੀ ਤੇਰੇ ਪੁੱਤਰ ਹੀ ਨੇ ਸਾਰਿਆਂ ਵੱਲ ਵੇਖ ਲੈ ਲੁੱਕਾ ਓ ਦੀ ਪੀਪਲ ਆ ਸਿੰਘ ਜਿਹੜੇ ਦਿਸ ਰਹੇ ਨੇ ਤੁਹਾਡੇ ਪੁੱਤਰ ਹੀ ਨੇ ਆ ਧੀਆਂ ਤੁਹਾਡੀਆਂ ਧੀਆਂ ਹੀ ਨੇ ਮਹਾਰਾਜ ਕਹਿਣ ਲੱਗੇ ਜਿੰਨਾ ਮਰਜ਼ੀ ਕਹੀ ਜਾਈਏ ਫੋਟੋਆਂ ਜਿੰਨੀਆਂ ਮਰਜ਼ੀ ਲਾ ਲਓ ਇੱਕ ਲਾਈ ਆ ਮੈਂ ਤਾਂ ਕਹਿੰਦਾ ਦਸ ਹੀ ਘਰਾਂ ਚਲਾ ਜਾਂਦਾ ਕੀ ਲੱਗਦਾ ਕਲਗੀ ਧਰ ਖੁਸ਼ ਹੋ ਜਾਣਗੇ ਲੋਕੀ ਇੱਥੇ ਬੈਠੇ ਵੀ ਹੋਣਗੇ ਸੰਗਤ ਵਿੱਚ ਇਹ ਬੜੇ ਕੱਟਰ ਨੇ ਇੱਦਾਂ ਵੀ ਬੜਾ ਲੋਕਾਂ ਨੂੰ ਜਾਂਦੇ ਇਹ ਬੜੇ ਐਕਸਟ੍ਰੀਮਿਸਟ ਆ ਐਕਸਟ੍ਰੀਮਿਸਟ ਸਿੱਖ ਨੇ ਪੀਪਲਸ ਕਾਲਸ ਦੈਟ ਐਜ਼ ਵੈਲ ਐਕਸਟ੍ਰੀਮਿਸਟ ਵੀ ਸ਼ੁਡ ਲਿਵ ਮਾਡਰਨ ਲਾਈਫ ਲਿਵ ਲਾਈਕ ਦਾ ਮਾਡਰਨ ਸੋਸਾਇਟੀ ਇੱਦਾਂ ਵੀ ਲੋਕ ਬੜਾ ਕਰਦੇ ਨੇ ਪਰ ਗੁਰਮੁਖੋ ਮਾਡਰਨ ਕਰੀ ਚੱਲੋ ਮਾਡਰਨ ਕਰੀ ਚੱਲੋ ਇੱਕ ਦਿਨ ਆਏਗਾ ਬੱਚਾ ਵੀ ਅਲੱਗ ਮਾਤਾ ਪਿਤਾ ਵੀ ਅਲੱਗ ਬਣ ਜੋ ਮਾਡਰਨ ਆਖੋ ਸਤਨਾਮ ਗੱਜ ਕੇ ਆਖੋ ਸਤਨਾਮ ਬੜੀ ਵਾਰ ਆਖੀ ਦਾ ਗੋਰੇ ਬਣਾਉਣੇ ਨੇ ਗੋਰੇ ਬਣਾ ਲਓ ਪੁੱਤਰਾਂ ਨੂੰ ਧੀਆਂ ਨੂੰ ਮਦਰਸ ਡੇ ਤੇ ਫੋਨ ਆਊਗਾ ਫਿਰ ਮਾਂ ਵੀ ਛਾਤੀ ਚੌੜੀ ਕਰਕੇ ਬਹਿੰਦੀ ਆ ਪਿਓ ਵੀ ਛਾਤੀ ਚੌੜੀ ਕਰਕੇ ਬਹਿੰਦਾ ਕਿਉਂ ਬੱਚੇ ਨੇ ਮੈਨੂੰ ਅੱਜ ਹੈਪੀ ਮਦਰਸ ਡੇ ਦਾ ਕਾਰਡ ਭੇਜਿਆ ਬਮਾ ਸਾਰਾ ਸਾਲ ਹੀ ਨਾ ਪੁੱਛੇ ਮਦਰਸ ਡੇ ਆ ਗਈ ਫੁੱਲ ਵੀ ਆ ਗਿਆ ਬਾਕਸ ਆਫ ਚੋਕਲੇਟ ਵੀ ਆ ਗਈ ਲਾਣਤਾਂ ਹੀ ਨੇ ਉੱਤੇ ਉਹ ਹਾਸੇ ਰਹਿ ਗਏ ਨੇ ਅੰਦਰੋਂ ਆਪਾਂ ਸਾਰੇ ਹੀ ਰੋਂਦੇ ਹਾਂ ਉੱਤੇ ਉਹ ਹੱਸ ਹੱਸ ਕੇ ਬੋਲਦੇ ਹਾਂ ਜਿਹਨੂੰ ਮਰਜ਼ੀ ਪੁੱਛ ਲਓ ਸਾਨੂੰ ਲੱਗੇ ਬੜਾ ਬੰਦਾ ਖੁਸ਼ ਹੋਏਗਾ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਘਰ ਵਿੱਚ ਹਰੇਕ ਨਾ ਹਰੇਕ ਦੇ ਘਰ ਦੁਖੀ ਹੋਏ ਹੋਏ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਉੱਪਰ ਚੜ੍ਹ ਕੇ ਵੇਖਿਆ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ
ਜਦ ਉੱਪਰ ਚੜ ਕੇ ਵੇਖਿਆ ਘਰ ਘਰ ਇਹਾ ਮੈਨੂੰ ਲੱਗਦਾ ਸੀ ਕਿ ਮੇਰੇ ਘਰ ਵਿੱਚ ਹੀ ਦੁੱਖ ਆ ਇਤਿਹਾਸ ਪੜ੍ਹੇ ਰਾਤ ਲਾ ਲੋ ਸਾਰੀ ਰਾਤ ਕੱਲ ਦਾ ਸਾਰਾ ਦਿਨ ਲਾ ਲੋ ਇਤਿਹਾਸ ਪੜ੍ਹਦੇ ਐਤਵਾਰ ਆਏਗਾ ਹੱਥ ਜੋੜ ਕੇ ਖੜ ਜਾਗੇ ਪੰਜਾਂ ਪਿਆਰਿਆਂ ਕੋਲ ਕਿ ਮੈਨੂੰ ਵੀ ਅੰਮ੍ਰਿਤ ਛਕਾ ਦੇ ਮੈਨੂੰ ਵੀ ਅੰਮ੍ਰਿਤ ਛਕਾ ਕਰ ਕਿਉਂ ਇੰਨਾ ਕੁਛ ਤੁਸੀਂ ਕੀਤਾ ਸਾਡੇ ਵਾਸਤੇ ਯੂ ਡਿਡ ਆਲ ਆਫ ਦਿਸ ਫॉर ਅਸ ਪਰ ਸਾਨੂੰ ਬਿਊਟੀ ਪਾਰਲਰ ਚੰਗੇ ਲੱਗਦੇ ਸਾਨੂੰ ਸ਼ਰਾਬ ਚੰਗੀ ਲੱਗਦੀ ਹੈ ਸਾਨੂੰ ਲੋਕ ਕੀ ਕਹਿਣਗੇ ਮੇਰੇ ਸਾਕ ਸੰਬੰਧੀ ਮਿੱਤਰ ਨੇ ਉਹ ਬਾਬਾ ਬਣ ਗਿਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਗੁਰਮੁਖੋ ਹੱਜ ਨੂੰ ਗਈ ਤਾਂ ਹੈ ਇਹ ਤਾਂ ਵੇਖ ਲੈਣਾ ਚਾਹੀਦਾ ਸਾਡੇ ਨਾਲ ਖਾਂਦਾ ਪੀਂਦਾ ਰਿਹਾ ਹੁਣ ਕੀ ਤੂੰ ਬਾਬਾ ਬਣ ਗਿਆ ਵੱਡਾ ਗਿਆਨੀ ਬਣ ਗਿਆ ਪਰ ਗੁਰਮੁਖੋ ਲੋਕੀ ਤਾਂ ਟਿਕਣ ਨਹੀਂ ਦਿੰਦੇ ਮੈਂ ਬੜੀ ਵਾਰ ਇਹ ਪੜ੍ਹਨਾ ਅੱਜ ਵੀ ਪੜ੍ਹ ਲਈਏ ਮੇਰਾ ਰੁੱਸੇ ਨਾਕ ਲਗਿਆ ਭਲਾ ਸਾਰਿਆਂ ਨੂੰ ਪਤਾ ਹੀ ਹੈ ਜਗ ਨੂੰ ਖੁਸ਼ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਲਾ ਲਈਏ ਜਿਹੜੇ ਸਰੀਰ ਤੋਂ ਬਣੇ ਨੇ ਉਹਨਾਂ ਨੂੰ ਨਹੀਂ ਖੁਸ਼ ਕਰ ਸਕੇ ਬਾਕੀ ਲੋਕਾਂ ਨੂੰ ਕਿਵੇਂ ਖੁਸ਼ ਕਰਾਂਗੇ ਇਟਸ ਅ ਟਰੂਥ ਇਜ਼ਨਟ ਇਟ ਦੋਜ਼ ਕਿਡਸ ਦੈਟ ਆਰ ਬੋਰਨ ਫਰਮ ਅਸ ਜਿਨ੍ਹਾਂ ਨੂੰ ਆਪਾਂ ਜਨਮ ਦਿੱਤਾ ਉਹ ਨਹੀਂ ਸਾਡੇ ਬਣੇ ਕੀ ਲੱਗਦਾ ਤੇਰੇ ਆਂਢ ਗੁਆਂਢ ਤੇਰੇ ਬਣ ਜੂਗੇ ਕੀ ਲੱਗਦਾ ਤੇਰੇ ਭੈਣ ਭਰਾ ਤੇਰੇ ਬਣ ਜੂਗੇ ਬਲੱਡ ਰਿਲੇਟਡ ਜਿੰਨਾ ਮਰਜ਼ੀ ਹੋ ਇੱਥੇ ਕੋਈ ਨਹੀਂ ਕਿਸੇ ਦਾ ਬੇਲੀ ਬਾਜਾਂ ਵਾਲੇ ਗੁਰਾਂ ਤੋਂ ਇਸ ਕਰਕੇ ਬੜੀ ਵਾਰ ਆਖੀਦਾ ਮੇਰਾ ਰੁੱਸੇ ਨਾ ਕਲ ਗਿਆ ਵਾਲਾ ਮਨਾਂ ਵਿੱਚ ਹੱਥੀ ਮਾਰ ਕੇ ਵੇਖੋ ਸਾਡੇ ਕੋਲ ਵੀ ਬੱਚੇ ਨੇ 9 ਸਾਲਾਂ ਦੀ ਉਮਰ ਵਿੱਚ ਕਸ਼ਮੀਰੀ ਪੰਡਿਤ ਆਏ ਸੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਾਈਨਥ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਫਾਦਰ 9ਵੇਂ ਪਾਤਸ਼ਾਹ ਕੋਲ ਆਏ ਕਸ਼ਮੀਰੀ ਪੰਡਿਤ ਹੱਥ ਜੋੜ ਕੇ ਖੜ ਗਏ ਸੀ ਕਿ ਆ ਤੁਰਕਾਂ ਦੀਆਂ ਫੌਜਾਂ ਦਿਸ ਮੋਗਲ ਫੋਰਸ ਵਿਲ ਨਾਟ ਲੈਟ ਅਸ ਪ੍ਰੈਕਟਿਸ ਆਰ ਫੇਥ ਸਾਨੂੰ ਆਪਣੇ ਧਰਮ ਵਿੱਚ ਪੱਕੇ ਨਹੀਂ ਰਹਿਣ ਦਿੰਦੇ ਇਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਇਸਲਾਮ ਕਬੂਲ ਕਰੋ ਪਰ ਸਾਨੂੰ ਪੂਰਾ ਭਰੋਸਾ ਕਿ ਆਪਾਂ ਫਿਰ ਫਿਰ ਕੇ ਵੇਖ ਲਿਆ ਪਰ ਸਾਨੂੰ ਪੂਰਾ ਭਰੋਸਾ ਕਿ ਆਪ ਜੀ ਤੋਂ ਬਿਨਾਂ ਸਾਡੀ ਕੋਈ ਬਾਂਹ ਨਹੀਂ ਫੜ ਸਕਦਾ ਨੋ ਵਨ ਕੈਨ ਹੋਲਡ ਔਨ ਅਸ ਨੋ ਵਨ ਕੈਨ ਹੈਲਪ ਅਸ ਵੀ ਹੈਵ ਕਮ ਇਨ ਟੂ ਯਰ ਪ੍ਰੈਜ਼ੈਂਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਹਾਰਾਜ ਜੀ ਬੈਠੇ ਨੇ ਕਹਿੰਦੇ ਕੀ ਗੱਲ ਹੈ ਟੈਲ ਮੀ ਐਵਰੀਥਿੰਗ ਐਲਾਬੋਰੇਟ ਵਾਟਸ ਹੈਪਨਿੰਗ ਆਊਟ ਦੇਰ ਉਸ ਵੇਲੇ ਕਹਿਣ ਲੱਗੇ ਕਿ ਆਖਦੇ ਨੇ ਕਿ ਬਲੀ ਦੇਣ ਨੂੰ ਕੋਈ ਤਿਆਰ ਹੋ ਜੇ ਕੋਈ ਪੀਰ ਪੈਗੰਬਰ ਇਫ ਦੇਰ ਇਜ਼ ਐਨੀਵਨ ਆਊਟ ਦੇਰ ਸੋ ਹਾਈ ਐਂਡ ਹੋਲੀ ਸਪਿਰਚੁਅਲ ਪਰਸਨ ਦੈਟ ਕੈਨ ਸੈਕਰੀਫਾਈਸ ਹਿਮਸੈਲਫ ਬੀਹੈਡਡ ਐਂਡ ਦੈਨ ਆਰ ਹਿੰਦੂ ਫੇਥ ਵਿਲ ਬੀ ਸੇਵਡ ਐਂਡ ਗੁਰਮੁਖੋ ਸੱਚੀ ਗੱਲ ਇਹ ਆ
ਆਪਾਂ ਕਹਿੰਦੇ ਹਾਂ ਕਿ ਹਿੰਦ ਦੀ ਚਾਦਰ ਬਣੇ ਨੌਵੇਂ ਪਾਤਸ਼ਾਹ। ਇਹ ਭਰਮਾ ਸਾਡੇ ਵਿੱਚ, ਜੇ ਕੋਈ ਮੁਸਲਮਾਨ ਆ ਜਾਂਦਾ ਰੱਖਿਆ ਵਾਸਤੇ, ਮਹਾਰਾਜ ਨੇ ਉਹਨਾਂ ਦੀ ਵੀ ਬਾਂਹ ਫੜ ਲੈਣੀ ਸੀ। ਮਹਾਰਾਜ ਕਿਸੇ ਨਾਲ ਵਿਰੋਧ ਨਹੀਂ ਕਰਦੇ ਸੀ, ਸੱਚ ਵਾਸਤੇ ਖੜੇ ਗੁਰੂ ਮਹਾਰਾਜ। ਦੇ ਸਟੂਡ ਫੋਰ ਦ ਟਰੂਥ, ਜਿੱਥੇ ਕੁਛ ਗਲਤ ਹੋ ਰਿਹਾ ਸੀ ਉੱਥੇ ਖੜੇ। ਆਪਾਂ ਸਾਡੇ ਘਰ ਵਿੱਚ ਕੁਛ ਗਲਤ ਹੋ ਜਾਏ, ਕੋਈ ਸਾਡੇ ਘਰ ਵਿੱਚ ਆ ਕੇ ਆਪਸ ਵਿੱਚ ਹੀ ਪਾੜ ਪਾ ਦੇ, ਭਰਾ ਭਰਾ ਨੂੰ ਬੋਲਣਾ ਅਲੱਗ ਕਰ ਦੇ, ਘਰ ਵਿੱਚ ਸਾਡੇ ਆ ਕੇ ਬੱਚੇ ਮਾਤਾ ਪਿਤਾ ਨਾਲ ਬੋਲਣਾ ਅਲੱਗ ਕਰ ਜੇ, ਆਪਾਂ ਕਹਾਂਗੇ ਤਾਂ ਤੂੰ ਕੌਣ ਹੁੰਦਾ ਸਾਡੇ ਘਰ ਵਿੱਚ ਆ ਕੇ ਪਾੜ ਪਾਉਣ ਵਾਲਾ? ਆਪਾਂ ਕਹਾਂਗੇ। ਇਸੀ ਤਰ੍ਹਾਂ ਕਲਗੀ ਧਰਮਾਂ ਦਾ, ਜਿਹਨੂੰ ਆਪਾਂ ਕਹਿੰਦੇ ਨੇ ਬ੍ਰਹਮ ਗਿਆਨ, ਬ੍ਰਹਮ ਗਿਆਨ ਜਿਹਨੂੰ ਕਹਿੰਦੇ ਹਾਂ ਆਪਾਂ, ਬ੍ਰਹਮ ਗਿਆਨੀ ਜਿਹਨੂੰ ਆਪਾਂ ਆਖਦੇ ਹਾਂ, ਜਿਹਨੂੰ ਸਾਰਿਆਂ ਨਾਲ ਹੀ ਪ੍ਰੇਮ ਆ, ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ ਗੁਰਮੁਖੋ, ਉਹਨੂੰ ਬ੍ਰਹਮ ਸਾਰਿਆਂ ਵਿੱਚੋਂ ਹੀ ਦਿਸਦਾ। ਕੱਲ ਆਪਾਂ ਬੇਨਤੀਆਂ ਕੀਤੀਆਂ ਸੀ ਕਿ ਇੱਕ ਇੱਕ ਵਿੱਚ ਉਹ ਰੱਬ ਦਿਸਦਾ। ਹਾਂ, ਮਾਂ ਨਹੀਂ ਮਾਂ ਦਿਸਦੀ ਹੁਣ, ਮਾਂ ਦੇ ਵਿੱਚੋਂ ਵੀ ਰੱਬ ਦਿਸਦਾ। ਪਿਓ ਪਿਓ ਨਹੀਂ ਦਿਸਦਾ ਹੁਣ, ਪਿਓ ਦੇ ਵਿੱਚੋਂ ਵੀ, ਸੰਗਤ ਬੋਲੋ, ਪਿਓ ਦੇ ਵਿੱਚੋਂ ਵੀ ਰੱਬ ਦਿਸਦਾ। ਪੁੱਤਰ ਪੁੱਤਰ ਨਹੀਂ ਦਿਸਦਾ ਹੁਣ, ਪੁੱਤਰ ਵਿੱਚੋਂ ਵੀ ਰੱਬ ਦਿਸਦਾ। ਹੁਣ ਜਿਹੜਾ ਵੈਰੀ ਆ, ਵੈਰੀ ਵੈਰੀ ਨਹੀਂ ਦਿਸਦਾ, ਹਿਸ ਐਨਮੀ ਇਜ਼ ਨਾਟ ਹਿਸ ਐਨਮੀ, ਉਹਦੇ ਵਿੱਚੋਂ ਵੀ ਰੱਬ ਦਿਸਦਾ। ਪਰ ਜੇ ਹੁਣ ਆਪਾਂ ਦੇਖੀਏ, ਥੋੜ੍ਹੇ ਇੱਥੇ ਸਵਾਲ ਉੱਠਦੇ ਨੇ ਕਿ ਜੇ ਹੁਣ ਕਲਗੀ ਧਰਮਾਂ ਨੂੰ ਵੈਰੀ ਵੈਰੀ ਨਹੀਂ ਦਿਸਦੇ ਸੀ, ਫਿਰ ਇੰਨੇ ਜੰਗ ਕਿਉਂ ਹੋਏ? ਜੇ ਰੱਬ ਦਿਸਦਾ ਸੀ ਵਿੱਚੋਂ, ਵਾਈ ਵਾਸ ਸੋ ਮਚ ਫਾਈਟਸ ਦੈਟ ਹੈਪਨਡ, ਵਾਟ ਵਾਸ ਦੈਟ ਪਲੇਸ, ਵਾਈ ਡਿਡ ਦਿਸ ਆਲ ਹੈਪਨ? ਹੁਣ ਗੁਰਮੁਖੋ ਤੁਸੀਂ ਆਪ ਧਿਆਨ ਨਾਲ ਸੋਚਿਓ। ਹਲਕਾ ਕੁੱਤਾ, ਅ ਡੌਗ ਦੈਟ ਹੈਜ਼ ਰੇਬੀਜ਼, ਜੇ ਹੁਣ ਪ੍ਰਿੰਸ ਜੋਰਜ ਵਿੱਚ ਵੜ ਜੇ, ਪ੍ਰਿੰਸ ਜੋਰਜ ਵਿੱਚ ਆ ਜੇ, ਕੋਈ ਆਵਾਜ਼ ਨਾ ਉੱਠੇ ਥਾਲੇ, ਨੋ ਵਨ ਗੈਟਸ ਅਪ ਐਂਡ ਸੇਜ਼ ਕਿ ਸਾਡੇ ਸ਼ਹਿਰ ਵਿੱਚ ਹਲਕਾ ਕੁੱਤਾ ਆ ਗਿਆ, ਫਿਰ ਉਹਦੇ ਪ੍ਰਿੰਸ ਜੋਰਜ ਵਿੱਚ ਰਹਿਣ ਦਾ ਕੀ ਫਾਇਦਾ ਹੋਇਆ, ਜਿਹੜਾ ਬਾਕੀਆਂ ਨੂੰ ਬਚਾ ਨਾ ਸਕੇ? ਇੱਕ ਹਲਕੇ ਕੁੱਤੇ ਨੂੰ ਮਾਰ ਕੇ 100 ਬੰਦਾ ਬਚਦਾ, ਇਹ ਪੁੰਨਾ ਕੇ ਪਾਪ? ਇਜ਼ ਦਿਸ ਅ ਬਲੈਸਿੰਗ, ਬਾਈ ਕਿਲਿੰਗ ਵਨ ਡੌਗ ਦੈਟਸ ਗਾਟ ਰੇਬੀਜ਼ ਐਂਡ ਯੂ ਕੈਨ ਸੇਵ 100 ਪੀਪਲ, ਇਹ ਗਲਤ ਆ ਕਿ ਚੰਗੀ ਗੱਲ ਆ? ਆਪ ਦੱਸੋ ਸੰਗਤ, ਇਜ਼ ਦਿਸ ਰੋਂਗ ਔਰ ਬੈਡ? ਸਹੀ ਗੱਲ ਆ, ਗੁੱਡ ਚੀਜ਼ ਆ। ਵਨ ਪਰਸਨ ਜਿਹੜਾ ਇੰਨਾ ਨੁਕਸਾਨ ਕਰਦੇ ਆ ਸੀਗਾ, ਜੇ ਇੱਕ ਨੂੰ ਮਾਰ ਦਿਓ 1000 ਬੰਦਾ ਬਚਿਆ ਜਾਂਦਾ, ਚੰਗੀ ਗੱਲ ਆ ਤਾਂ ਕਿ ਮਾੜੀ ਗੱਲ ਆ? ਚੰਗੀ ਗੱਲ ਆ। ਆਪਾਂ ਜੇ ਬਾਹਰ ਪਿੰਡ ਤੇ ਬੈਠੀ ਬੈਠੀਏ, ਆਪਾਂ ਕਹੀ ਜਾਈਏ ਕਿ ਹਾਂ ਮੈਂ ਬੜਾ ਸਾਧੂ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਪਰ ਤੂੰ ਆਵਾਜ਼ ਨਾ ਥਾਲ ਸਕੇ ਕਿ ਪਿੰਡ ਵਿੱਚ ਹਲਕਾ ਕੁੱਤਾ ਆ ਗਿਆ, ਉਹ ਤੇਰੀ ਮਾਲਾ ਫੇਰਨ ਦਾ ਕੀ ਫਾਇਦਾ ਹੋਇਆ? ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਲੋਕੀ ਉਹਨਾਂ ਨੂੰ ਵੀ ਬੜੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਕੀ ਲੋੜ ਸੀ ਆ ਕਦਮ ਚੁੱਕਣ ਦੀ, ਕੀ ਲੋੜ ਸੀ? ਪਰ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਬੜੀਆਂ ਲੋਕਾਂ ਨੇ ਗੱਲਾਂ ਕੀਤੀਆਂ, ਕਾਂਗਰਸੀ ਬਣ ਗਏ ਸੀ, ਫਲਾਨਾ ਬਣ ਗਏ ਸੀ, ਫਲਾਨਾ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜੋ ਸੰਤਾਂ ਨੇ ਕੀਤਾ ਚੰਗਾ ਕੀਤਾ, ਉਹਨਾਂ ਨੇ ਵੀ ਹਲਕੇ ਕੁੱਤੇ ਵੱਢੇ ਸੰਤਾਂ ਨੇ, ਕਲਗੀ ਧਰਮਾਰਾਂ ਨੇ ਵੀ ਹਲਕੇ ਕੁੱਤੇ ਵੱਢੇ, ਬਸ ਕੌਮ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ। ਹੁਣ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਜਦੋਂ ਕਸ਼ਮੀਰੀ ਪੰਡਤਾਂ ਨੇ ਬੇਨਤੀਆਂ ਕੀਤੀਆਂ, ਐਟ ਦ ਏਜ ਆਫ 9 ਗੋਬਿੰਦ ਰਾਏ ਕਮਸ ਰਨਿੰਗ ਅਪ ਟੂ ਹਿਸ ਫਾਦਰ, ਪਿਤਾ ਕੋਲ ਭੱਜੇ ਆਏ, ਮਹਾਰਾਜ ਆਪ ਜੀ ਗੰਭੀਰਤਾ ਵਿੱਚ ਕਿਉਂ ਆ? ਵਾਈ ਜੀ ਨੂੰ ਖੁਮ ਸੈਟ ਰਹੇ, ਅੱਜ ਚੁੱਪ ਚੁੱਪ ਕਿਉਂ ਆ? ਮਹਾਰਾਜ ਜੀ ਦੱਸੋ ਕੀ ਗੱਲ ਆ, ਕਸ਼ਮੀਰੀ ਪੰਡਤ ਕਿਉਂ ਰੋ ਰਹੇ ਨੇ? ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਪੁੱਤਰਾ ਇਹ ਬੜੇ ਦੁਖੀ ਆ, ਆਪਣੇ ਧਰਮ ਵਿੱਚ ਇਹ ਪੱਕੇ ਨਹੀਂ ਰਹਿ ਸਕੇ, ਕਿਉਂ? ਇਹਨਾਂ ਨੂੰ ਇਹ ਜਿਹੜੇ ਤੁਰਕਾਂ ਦੀਆਂ ਫੌਜਾਂ ਨੇ ਚੜ ਕੇ ਆਉਂਦੀਆਂ ਨੇ, ਇਹਨਾਂ ਨੂੰ ਕਹਿ ਰਹੇ ਨੇ ਕਿ ਜੇ ਇਸਲਾਮ ਕਬੂਲ ਨਾ ਕਰੋਗੇ, ਵੀ ਗੋਨਾ ਕਿਲ ਯੂ। ਇਸਲਾਮ ਕਬੂਲ ਕਰ ਲਓ, ਐਸ਼ ਕਰੋ, ਆਨੰਦ ਵਿੱਚ ਰਹੋ, ਆਪਣਾ ਧਰਮ ਛੱਡੋ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਗੋਬਿੰਦ ਰਾਏ ਸਪੈਲ ਖਦ ਏਜ ਆਫ 9, ਇਹਨ ਕਹਿਣ ਲੱਗੇ, ਮਹਾਰਾਜ ਹੁਣ ਕੀ ਮੰਗਦੇ ਨੇ? ਉਸ ਦੇ ਅਸਕਿੰਗ ਫੋਰ। ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਕਿ ਇਹ ਬਲੀ ਮੰਗਦੇ ਆ, ਕੋਈ ਪੀਰ ਹੁਕਮ ਕਰਦਾ, ਕੋਈ ਔਲੀਆ, ਕੋਈ ਜਪੀ ਤਪੀ, ਕੋਈ ਤਪਸਵੀ, ਕੋਈ ਹੋਵੇ ਹਰੂਲੀ ਸਿੰਘ ਦਾ ਕੈਨ ਗਿਵ ਹਿਸ ਲਾਈਫ ਐਂਡ ਐਟ ਦ ਏਜ ਆਫ 9 ਮਹਾਰਾਜ ਨੇ, ਗੋਬਿੰਦ ਰਾਏ ਨੇ ਹੱਥ ਜੋੜ ਕੇ ਪਿਤਾ ਜੀ ਨੂੰ ਕਿਹਾ, ਮਹਾਰਾਜ ਜੀ ਆਪ ਜੀ ਵਰਗਾ ਕੋਈ ਪੀਰ ਪੈਗੰਬਰ ਮੇਰੀ ਨਜ਼ਰ ਵਿੱਚ ਨਹੀਂ ਆਇਆ, ਤੁਸੀਂ ਆਪਣਾ ਆਪ ਹੀ ਕੁਰਬਾਨ ਕਰ ਦਿੱਤੇ। ਵਾਟ ਯੂ ਸੈਕਰੀਫਾਈਸ ਯੋਰਸੈਲਫ ਐਂਡ ਟੂ ਕੱਟ ਦ ਸਟੋਰੀ ਸ਼ੋਰਟ, ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਦਿੱਲੀ ਵੱਲ ਲੈ ਗਏ।
ਸੀਸ ਦਿੱਤਾ, ਦੇ ਵਾਸ ਸੈਕਰੀਫਾਈਸ ਬੀਹੈਡਡ, ਆਪਣੀ ਬਲੀ ਦਿੱਤੀ, ਧਰਮ ਦੀ ਚਾਦਰ ਬਣੇ, ਧਰਮ ਦੀ ਚਾਦਰ ਬਣੇ। ਅਣ ਗੁਰਮੁਖੋ, ਜਦੋਂ ਭਾਈ ਜੇਠਾ ਜੀ, ਭਾਈ ਜੈਤਾ ਜੀ ਵਾਪਸ ਆਏ ਅਨੰਦਪੁਰ ਸਾਹਿਬ, ਗੋਬਿੰਦ ਰਾਏ ਖਲੋਤੇ ਨੇ, ਭਾਈ ਜੈਤਾ ਜੀ ਬ੍ਰੋਟ ਬੈਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੈਡ, ਬ੍ਰੋਟ ਬੈਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੈਡ ਐਂਡ ਪਲੇਸਡ ਇਨ ਗੋਬਿੰਦ ਰਾਏ ਚਰਨ। ਅਣ ਕਹਿਣ ਲੱਗੇ, ਮਹਾਰਾਜ ਜੀ ਆਪ ਜੀ ਦੇ ਪਿਤਾ ਦਾ ਸੀਸ, ਸਾਡੇ ਗੁਰੂ ਨੌਵੇਂ ਪਾਤਸ਼ਾਹ ਦਾ ਸੀਸ ਆਪ ਜੀ ਦੇ ਹਵਾਲੇ ਕਰ ਰਿਹਾ, ਆਮ ਪਲੇਸਿੰਗ ਇਨ ਫਰੰਟ ਆਫ ਯੂ। ਉਸ ਵੇਲੇ ਗੋਬਿੰਦ ਰਾਏ ਬੋਲਣ ਲੱਗੇ, ਭਾਈ ਦੱਸ, ਉੱਥੇ ਬੜੀ ਦੁਨੀਆ ਇਕੱਠੀ ਹੋਈ ਹੋਊਗੀ, ਕਿ ਹਿੰਦੂ ਵੀ ਹੋਣਗੇ, ਸਿੱਖ ਵੀ ਹੋਣਗੇ, ਮੁਸਲਮਾਨ ਵੀ ਖਲੋਤੇ ਹੋਣਗੇ, ਬਾਕੀ ਏਜੰਟ ਵੀ ਭੇਜੇ ਸੀ ਉਸ ਟਾਈਮ, ਉਹ ਵੀ ਖੜੇ ਹੋਣਗੇ। ਟੈਲ ਮੀ, ਕਿ ਤੈਨੂੰ ਪਤਾ ਸੀ ਕਿ ਸਿੱਖ ਕੌਣ ਆ, ਹਿੰਦੂ ਕੌਣ ਆ, ਮੁਸਲਮਾਨ ਕੌਣ ਆ, ਕਿਸੇ ਨੇ ਬਚਾਇਆ ਨਹੀਂ? ਆ ਕਤਲੇਆਮ ਹੋ ਲੱਗਾ ਸੀ, ਮਾਈ ਫਾਦਰ ਵਾਸ ਗੋਇੰਗ ਟੂ ਬੀ ਬੀਹੈਡਡ, ਕੋਈ ਉੱਠਿਆ ਨਹੀਂ, ਡਿਡ ਐਨੀਵਨ ਸਟੈਂਡ ਅਪ ਟੂ ਸਟਾਪ ਦਿਸ? ਐਂਡ ਉਸ ਵੇਲੇ ਭਾਈ ਜੈਤਾ ਜੀ ਕਹਿਣ ਲੱਗੇ, ਮਹਾਰਾਜ ਮੈਂ ਕੀ ਦੱਸਾਂ, ਮੈਨੂੰ ਇਹ ਨਾ ਪਤਾ ਲੱਗੇ ਕਿ ਹਿੰਦੂ ਕੌਣ ਆ ਕਿ ਸਿੱਖ ਕੌਣ ਆ, ਪਤਾ ਨਾ ਲੱਗੇ, ਸਾਰੇ ਇੱਕੋ ਜਿਹੇ ਲੱਗਦੇ ਸੀ। ਅਣ ਗੁਰਮੁਖੋ, ਸੱਚੀ ਗੱਲ ਇਹ ਆ, ਉਹ ਦਾੜੀ ਕੱਟਣ ਵਾਲੇ ਆ, ਤੂੰ ਆਪਣਾ ਮੂੰਹ ਵੇਖ, ਅੱਜ ਵੀ ਲੋਕ ਕਹਿੰਦੇ ਹੋਣਗੇ ਪਤਾ ਨਹੀਂ ਕਿ ਹਿੰਦੂ ਆ ਕਿ ਮੁਸਲਮਾਨ ਆ, ਖੁਸ਼ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਲੱਗਦਾ ਹੋਏਗਾ ਪਰ ਸੱਚੀ ਗੱਲ ਆ, ਟਾਣੀ ਜੇ ਟਾਣ ਬਣ ਜੇ ਫਿਰ ਆਰੀ ਚੁੱਕਣੀ ਪੈਂਦੀ। ਇਹ ਨਾ ਸੋਚਿਓ ਕਿ ਸੰਗਤ ਵਿੱਚ ਹੀ ਕਹਿੰਦੇ ਨੇ, ਪਰਿਵਾਰਾਂ ਵਿੱਚ ਵੀ ਕਹੀਦਾ, ਬੜਾ ਲੋਕ ਇਹ ਵੀ ਗੱਲਾਂ ਕਹਿੰਦੇ ਨੇ ਪ੍ਰਿੰਸ ਜੋਜ ਵਿੱਚ, ਬਾਕੀ ਹੋਰ ਵੀ ਕਹਿੰਦੇ ਹੋਣਗੇ, ਕਿ ਪਤਾ ਨਹੀਂ ਕਿ ਸੰਗਤ ਨੂੰ ਹੀ ਕਹਿੰਦੇ ਆ, ਪਰਿਵਾਰ ਨੂੰ ਕਹਿੰਦੇ ਆ ਕਿ ਨਹੀਂ। ਜਿਹਨੇ ਮੰਨਣੀ ਆ ਮੰਨ ਲਵੇ, ਇਤਿਹਾਸ ਵੇਖੋ, ਇਹ ਕਰਮਾਂ ਦੇ ਨਾਲ ਹੀ ਸਿੱਖੀ ਪ੍ਰਾਪਤ ਹੁੰਦੀ ਹੈ, ਸੱਚੀ ਗੱਲ ਕਰਮਾਂ ਦੇ ਨਾਲ। ਆਪਾਂ ਤਾਂ ਪ੍ਰਚਾਰਕ ਹੀ ਹਾਂ, ਵਿਜਸ ਪ੍ਰਚਾਰਕ, ਆਪਾਂ ਜੋ ਸੱਚ ਆ ਸੱਚ ਬੋਲਣਾ, ਪਰ ਗੁਰੂ ਨਾਨਕ ਮਹਾਰਾਜ ਦਾ ਜੀਵਨ ਵੇਖੋ, ਗੁਰੂ ਨਾਨਕ ਮਹਾਰਾਜ ਆਪਾਂ ਕਹਿੰਦੇ ਹਾਂ ਕਿ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਕਿ ਰੱਬ ਦੁਨੀਆ ਤੇ ਆਇਆ। ਗੁਰੂ ਮਹਾਰਾਜ ਨੇ ਉਦਾਸੀਆਂ ਕੀਤੀਆਂ, ਪ੍ਰਚਾਰ ਕੀਤਾ, ਦੇ ਵੈਨ ਔਨ ਟ੍ਰੈਵਲਸ ਐਂਡ ਦੇ ਪ੍ਰੀਚਡ ਸਿੱਖੀ, ਦੇ ਟੋਲਡ ਪੀਪਲ ਦ ਰਾਈਟ ਵੇ। ਸਿੱਖੀ ਇਜ਼ ਟੂ ਵੇ ਆਫ ਲਾਈਫ, ਇਜ਼ ਨਾਟ ਅ ਰਿਲੀਜਨ। ਆਪਾਂ ਰਿਲੀਜਨ ਬਣਾ ਲਈ ਹੈ ਸਿੱਖਇਜ਼ਮ, ਪਰ ਇਹ ਯੂਨੀਵਰਸਲ ਫੇਥ ਆ। ਸਿੱਖਾ ਜਿੰਨੀ ਦਲੀਲ ਸਿੱਖੀ ਵਿੱਚ ਮਿਲੇਗੀ, ਹੋਰ ਧਰਮਾਂ 'ਚ ਨਹੀਂ ਮਿਲਦੀ, ਨਹੀਂ ਧਰਮਾਂ 'ਚ ਮਿਲਦੀ। ਜਿੰਨੀ ਸਾਨੂੰ ਲੌਜਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਜਸਟੀਫਾਈ ਕਰਦੇ ਨੇ ਮਹਾਰਾਜ, ਇੰਨੇ ਹੋਰ ਧਰਮ ਨਹੀਂ ਜਸਟੀਫਾਈ ਕਰਦੇ। ਬਸ ਸਾਡੇ ਧਰਮ ਵਿੱਚ ਲਿਖਿਆ ਕਰਨਾ ਪੈਣਾ, ਬਸ ਇੱਥੇ ਫੁੱਲ ਸਟਾਪ ਲਾ ਲੈਂਦੇ। ਪਰ ਗੁਰੂ ਨਾਨਕ ਮਹਾਰਾਜ ਪੁੱਛਦੇ ਰਹੇ, ਕਿਉਂ ਸਿੱਧੋ ਤੁਸੀਂ ਇੱਥੇ ਬੈਠੇ ਆ, ਕੀ ਭਲਾ ਕਰ ਰਹੇ ਆ ਸਮਾਜ ਦਾ, ਚੌਂਕੜੇ ਲਾ ਕੇ ਬੈਠੇ ਆ ਪਹਾੜਾਂ ਵਿੱਚ, ਵਾਟ ਆਰ ਯੂ ਡੂਇੰਗ ਟੂ ਹੈਲਪ ਦ ਕਮਿਊਨਿਟੀ? ਆ ਚੌਂਕੜੇ ਲਾਏ ਤੁਹਾਡੇ, ਤੁਸੀਂ ਕਹਿੰਦੇ ਆ ਕਿ ਜਲ ਧਾਰੇ ਕਰਨੇ ਨੇ, ਤੁਸੀਂ ਇੱਥੇ ਧੂਣੀਆਂ ਤੱਪ ਕੇ ਬੈਠੇ ਆ, ਸੇਕ ਨਾ ਲਾ ਕੇ, ਰੱਬ ਸਭਨਾ ਵਿੱਚ ਵਸਿਆ, ਤੁਸੀਂ ਜਾ ਕੇ ਲੋਕਾਂ ਦਾ ਭਲਾ ਕਰੋ, ਰੱਬ ਨੂੰ ਖੁਸ਼ ਕਰੋ। ਗੁਰੂ ਨਾਨਕ ਮਹਾਰਾਜ ਨੇ ਸਿੱਖਿਆ ਦਿੱਤੀ। ਐਨ ਗੁਰਮੁਖੋ, ਮੈਂ ਬੜੀ ਵਾਰ ਬੇਨਤੀ ਕਰਿਆ ਕਰਦਾ ਹੁੰਦਾ ਕਿ ਗੁਰੂ ਨਾਨਕ ਮਹਾਰਾਜ ਦਾ ਪਰਿਵਾਰ ਵੇਖ ਲਓ, ਮਹਾਰਾਜ ਜਾ ਕੇ ਪ੍ਰਚਾਰ ਕਰਦੇ ਰਹੇ। ਹੁਣ ਆਪਾਂ, ਸਾਨੂੰ ਲੋਕ ਕਹਿੰਦੇ ਰਹੇ ਆ, ਵੇਖੋ ਬੱਚੇ ਜਦੋਂ ਲੱਗੇ ਨੇ, ਪਰਿਵਾਰ ਵੇਖੋ ਜਿੱਧਰ ਲੱਗੇ, ਇੱਦਾਂ ਵੀ ਲੋਕ ਕਹਿੰਦੇ। ਲੋਕੀ ਇੱਥੋਂ ਤੱਕ ਵੀ ਕਹਿੰਦੇ ਨੇ, ਮਾਤਾ ਪਿਤਾ ਵੇਖੋ ਸਿੱਖੀ ਵੱਲ, ਗੁਰੂ ਘਰ ਜਾਂਦੇ ਨੇ, ਬੱਚੇ ਵੇਖੋ ਕਿੱਧਰ ਲੱਗੇ। ਪਰ ਗੁਰਮੁਖੋ, ਇਤਿਹਾਸ ਵੇਖੋ, ਗੁਰੂ ਨਾਨਕ ਮਹਾਰਾਜ ਦਾ ਜੀਵਨ ਵੇਖ ਲਓ। ਮਹਾਰਾਜ ਕਿਹਾ ਕਰਦੇ ਸੀ ਕਿ ਧੂਣੀਆਂ ਨਹੀਂ ਤੱਪਣੀਆਂ, ਜਟਾ ਨਹੀਂ ਵਧਾਉਣੀਆਂ, ਪਰ ਪੁੱਤਰ ਵੇਖੋ, ਬਾਬਾ ਸ੍ਰੀ ਚੰਦ ਜਿਹਨੂੰ ਆਪਾਂ ਆਖਦੇ ਹਾਂ, ਉਹੀ ਕੰਮ ਕਰਦੇ ਸੀ। ਇਹ ਨਹੀਂ ਕਹਿ ਸਕਦੇ ਗੁਰੂ ਨਾਨਕ ਮਹਾਰਾਜ ਗਲਤ ਸੀ, ਇਹ ਕਹਿ ਸਕਦੇ ਹਾਂ ਕਿ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਹੁਣ ਲੋਕੀ ਕਹਿੰਦੇ ਹੋਣਗੇ, ਪਰ ਜਿਹੜਾ ਗੁਰੂ ਨਾਨਕ ਮਹਾਰਾਜ ਨਾਲ ਰਹਿ ਜੇ, ਜਿਹਨੇ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ, ਉਹ ਕਿਵੇਂ ਮਾੜੇ ਪਾਸੇ ਲੱਗ ਗਏ, ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ? ਹੁਣ ਗੁਰਮੁਖੋ, ਆਪਾਂ ਵੀ ਦਰਸ਼ਨ ਕਰ ਦਿੰਦੇ, ਸੋਚਿਆ ਗੁਰੂ ਆ ਵੀ ਦਿਵੀ ਦਰਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਕਰਦੇ ਹਾਂ ਕਿ ਨਹੀਂ ਕਰਦੇ? ਗੁਰਮੁਖੋ, ਆਪਾਂ ਤਾਂ ਆਖਦੇ ਹੋਵਾਂਗੇ ਕਿ ਹਾਂ ਭਾਈ, ਆਪਾਂ ਤਾਂ ਰੋਜ਼ ਗੁਰੂ ਘਰ ਜਾਈਦਾ, ਆਪਾਂ ਰੋਜ਼ ਮੱਥਾ ਟੇਕੀਦਾ, ਵੀ ਡੂ ਦਰਸ਼ਨ, ਵੀ ਗੁਆਸੀ ਗੁਰੂ ਗ੍ਰੰਥ ਸਾਹਿਬ ਜੀ ਐਵਰੀ ਡੇ। ਪਰ ਮੈਂ ਕੱਲ੍ਹ ਬੇਨਤੀਆਂ ਕੀਤੀਆਂ ਸੀ ਕਿ ਦੇਖ ਕੇ ਗੁਰੂ ਨੂੰ ਇਹ ਦਰਸ਼ਨ ਹੁੰਦੇ, ਕਿ ਦੇਖਣਾ, ਕਿ ਆਪਾਂ ਕਹਿੰਦੇ ਹਾਂ ਕਿ ਦਰਸ਼ਨ ਹੋ ਗਏ, ਗੁਰਦੁਆਰੇ ਆਏ ਹਾਂ, ਵਿਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਾਸੇ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ।
ਦਰਸ਼ਨ ਤਾਂ ਆਪਾਂ ਸਾਰੇ ਕਰਦੇ ਹੋਵਾਂਗੇ, 40 ਸਾਲ ਲੰਘ ਗਏ ਆ, ਜਿੱਦਾਂ ਦੇ ਪਹਿਲਾਂ ਸੀ ਉਦਾਂ ਦੇ ਹੁਣ। ਸ਼ਰਾਬ ਕਿੱਥੇ ਲਿਖਿਆ ਕਿ ਪੀਣੀ ਨਹੀਂ ਚਾਹੀਦੀ? ਕਿਹੜਾ ਬਾਬਾ ਕਹਿੰਦਾ ਸ਼ਰਾਬ ਨਹੀਂ ਪੀਣੀ ਚਾਹੀਦੀ? ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਰੋਜ਼ ਅਰਦਾਸ ਵਿੱਚ ਖੜਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਮੰਨ ਲੈ। ਕੋ ਇਤ ਮਤ ਪੀਤੇ ਨਾਨਕਾ ਖੱਟੀਏ ਬਹੁਤ ਵਿਕਾਰ। ਇਤ ਮਤ ਪੀਤੇ ਨਾਨਕਾ, ਇਹ ਸ਼ਰਾਬ ਨੂੰ ਕਿਹਾ ਮਹਾਰਾਜ ਨੇ, ਸ਼ਰਾਬ ਨੂੰ ਕਿਹਾ ਇਹ ਪੀਣ ਵਾਲਿਆ, ਇਹਦੇ ਨਾਲ ਬੜੇ ਵਿਸ਼ੇ ਵਿਕਾਰ ਅੰਦਰੋਂ ਉੱਠਦੇ ਨੇ, ਭਾਵ ਕਹਿ ਲਓ ਵਿਸ਼ੇ ਵਿਕਾਰਾਂ ਦੀ ਮਾਂ, ਦ ਮਦਰ ਆਫ ਦੀਸ ਵਾਈਸਿਸ ਇਜ਼ ਅਲਕੋਹਲ, ਸ਼ਰਾਬ। ਪਰ ਅੱਜ ਕੱਲ੍ਹ ਗੁਰਮੁਖੋ ਭਰਾਵਾਂ ਨੂੰ ਕੀ ਕਹਿਣਾ, ਅੱਜ ਕੱਲ੍ਹ ਤਾਂ ਭੈਣਾਂ ਵੀ ਪੀਣ ਲੱਗ ਗਈਆਂ। ਖੁਸ਼ ਸਤਨਾ ਪਾਰਟੀ ਹਾਲਾਂ ਵਿੱਚ ਵੇਖਣ ਦਾ ਸਮਾਂ ਵੇਖਣ ਵਾਲਾ ਹੁੰਦਾ, ਇੱਕ ਪਾਸੇ ਭਰਾ ਵੀ ਲੱਗੇ ਹੁੰਦੇ ਨੇ, ਇੱਕ ਪਾਸੇ ਭੈਣਾਂ ਵੀ ਕਹਿੰਦੀਆਂ ਸਾਨੂੰ ਵਾਈਨ ਭੁਲਾ ਲਿਓ ਵਾਈਨ। ਵੇਖ ਲਓ ਇਕੁਆਲਿਟੀ, ਆਪਾਂ ਕਹਿੰਦੇ ਹਾਂ ਇਕੁਆਲਿਟੀ ਚਾਹੀਦੀ ਆ, ਇਕੁਆਲਿਟੀ ਕਰਦੇ ਕਰਦੇ ਵੇਖ ਲਓ ਕੀ ਇਸ ਮਾਹੌਲ ਬਣ ਗਿਆ। ਅੱਗੇ ਵੇਖਦੇ ਸੀਗੇ ਕਿ ਘਰ ਵਾਲਾ ਸ਼ਰਾਬੀ ਆਉਂਦਾ ਸੀ ਘਰ 'ਚ, ਉਹਨੂੰ ਮਾਂ ਤਾਂ ਪੁੱਤਰ ਚੁੱਕ ਕੇ ਬਿੱਡ ਵਿੱਚ ਪਾਉਂਦੇ ਸੀ, ਅੱਜ ਕੱਲ੍ਹ ਭੈਣਾਂ ਵੀ ਸ਼ਰਾਬੀ ਹੋ ਕੇ ਘਰਾਂ 'ਚ ਆਉਂਦੀ। ਸੱਚੀ ਗੱਲ ਕਿ ਮੈਂ ਸਹੀ ਕਹਿ ਰਿਹਾ, ਸਹੀ ਕਹਿ ਰਿਹਾ? ਤੁਸੀਂ ਸਾਰੇ ਜਾਂਦੇ ਹੀ ਆ ਕਲੱਬਾਂ 'ਚ, ਵੇਖਿਆ ਹੀ ਹੋਣਗਾ ਪਾਰਟੀ ਜਿਹੜੇ ਤੁਸੀਂ ਰਿਸੈਪਸ਼ਨ ਕਹਿੰਦੇ ਆ, ਰਿਸੈਪਸ਼ਨਾਂ 'ਚ ਵੇਖਿਆ ਇੱਕ ਪਾਸੇ ਕੀ ਹੋ ਰਿਹਾ, ਇੱਕ ਪਾਸੇ ਭਰਾ ਬੈਠੇ ਹੁੰਦੇ ਨੇ, ਇੱਕ ਪਾਸੇ ਭੈਣਾਂ ਬੈਠੀਆਂ ਹੁੰਦੀਆਂ, ਉਹ ਵੀ ਬੋਤਲਾਂ ਲੈ ਲੈ। ਜੇ ਇਕੁਆਲਿਟੀ ਆ ਤੇ ਤੂੰ ਪੀ ਸਕਦਾ ਮੈਂ ਵੀ ਪੀ ਸਕਦਾ। ਅੱਜ ਕੱਲ੍ਹ ਰਿਸ਼ਤੇ ਵੀ ਇੱਦਾਂ ਦੇ ਲੱਭਦੇ ਆ ਕਿ ਮੈਂ ਵੀ ਪੀਂਦਾ ਮੇਰੀ ਘਰ ਵਾਲੀ ਵੀ ਪੀ ਰਹੀ, ਤੇ ਗੁਰਮੁਖੋ ਕੀ ਲੱਗਦਾ ਸੂਰਮੇ ਜਨਮ ਲੈਣਗੇ, ਕੀ ਲੱਗਦਾ ਭਗਤ ਜਨਮ ਲੈਣਗੇ, ਕੀ ਲੱਗਦਾ ਦਾਨੀ ਜਨਮ ਲੈਣਗੇ? ਨਹੀਂ, ਇੱਦਾਂ ਦੇ ਹੀ ਫਿਰ ਆਉਣਗੇ ਆਪਣੇ ਘਰਾਂ 'ਚ, ਇੱਦਾਂ ਦੇ ਜਿਹੜੇ ਕਹਿਣਗੇ। ਪਰ ਗੁਰਮੁਖੋ ਸੱਚੀ ਗੱਲ ਆ, ਦੁੱਖ ਲੱਗੇ ਭਵਾਂ ਚੰਗਾ ਲੱਗੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ 1430 ਅੰਗ ਨੇ ਗੁਰਬਾਣੀ ਦੇ। ਕੋਈ ਮੈਨੂੰ ਬਾਹ ਖੜੀ ਕਰਕੇ ਦੱਸੇ ਕਿ ਝੂਠ ਲਿਖਿਆ ਹੋਇਆ, ਕੋਈ ਆਖੇ ਕਿ ਝੂਠ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ? 1430 ਅੰਗ ਨੇ, ਇੱਕ ਇੱਕ ਅੱਖਰ ਗੁਰਬਾਣੀ ਦਾ ਸੱਚ, ਇੱਕ ਇੱਕ ਅੱਖਰ। ਬਾਬਾ ਨਾਨਕ ਸਿੰਘ ਨਾਨਕਸਰ ਵਾਲੇ ਮਹਾਂਪੁਰਖ ਹੋਏ, ਦੇ ਯੂਸ ਟੂ ਸੇ, ਬੜੀ ਵਾਰ ਮੈਂ ਬੇਨਤੀ ਕੀਤੀ ਆਪਣੇ ਸੰਗਤਾਂ ਦੇ ਚਰਨਾਂ 'ਚ, ਬਾਬਾ ਨਾਨਕ ਸਿੰਘ ਮਹਾਂਪੁਰਖ ਬੜੀ ਵਾਰ ਕਿਹਾ ਕਰਦੇ ਸੀ, ਮੇਰੀ ਜੇਬਾਂ ਸਰ ਜੇ, ਵਾਈ ਡਜ਼ਨਟ ਮਾਈ ਟੰਗ ਬੀ ਬਰਨ, ਜੇ ਮੈਂ ਆਖਾਂ ਇਹ ਕਾਗਜ਼ ਤਾਂ ਸ਼ਾਹੀ, ਵਾਈ ਡਜ਼ਨਟ ਮਾਈ ਟੰਗ ਬੀ ਬਰਨ ਇਫ ਆਈ ਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਜ਼ ਜਸਟ ਅ ਬੁੱਕ, ਇਜ਼ ਜਸਟ ਪੇਜਸ, ਇਜ਼ ਜਸਟ ਇੰਕ। ਬਾਬਾ ਨਾਨਕ ਸਿੰਘ ਕਿਹਾ ਕਰਨ, ਉਹ ਭਾਈ ਉਹ ਪ੍ਰੇਮੀਆਂ ਮੇਰੀਆਂ ਅੱਖਾਂ ਨਾਲ ਵੇਖ, ਇਹ ਕਾਗਜ਼ ਦਾ ਸ਼ਾਹੀ ਨਹੀਂ, ਇੱਕ ਇੱਕ ਅੱਖਰ ਮੇਰਾ ਗੁਰੂ ਨਾਨਕ ਬੈਠਾ। ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ। ਗਿਆਨ ਅੰਜਨ ਗੁਰਦੀ ਆ, ਉਹ ਅੱਖ ਖੁੱਲਦੀ ਆ ਕਦੋਂ? ਜਦੋਂ ਗਿਆਨ ਦਾ ਅੰਜਨ, ਗਿਆਨ ਦਾ ਅੰਜਨ, ਗਿਆਨ ਮੀਨਸ ਨੌਲੇਜ, ਤੂੰ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਲੈ। ਮੈਂ ਬੜੀ ਵਾਰ ਬੇਨਤੀ ਕੀਤੀਆਂ, ਇਸ ਜਿਹੜਾ ਦੌਰਾਨ ਫੇਰੀ ਆਪਾਂ ਆਏ ਹੋਏ ਹਾਂ, ਦਿਸ ਸਮਾਗਮ ਦੈਟ ਵੀ ਡੂਇੰਗ, ਆਮ ਟ੍ਰਾਈਂਗ ਟੂ ਐਮਫਸਾਈਜ਼ ਮੋਰ ਔਨ ਡੂਇੰਗ ਸਹਿਜ ਪਾਠ। ਘਰ ਵਿੱਚ ਸਹਿਜ ਪਾਠ ਸ਼ੁਰੂ ਕਰੋ, ਭਾਵੇਂ ਇੱਕ ਅੰਗ ਰੋਜ਼ ਪੜ੍ਹੋ, ਪਰ ਨਾਲ ਅਰਥ ਵੀ ਪੜ੍ਹੋ, ਸਟੀਕ ਰੱਖੋ, ਰੀਸਰਚ ਵਾ ਗੁਰਬਾਣੀ ਇਜ਼ ਸੇਇੰਗ ਟੂ ਅਸ, ਵਾ ਗੁਰੂ ਮਹਾਰਾਜ ਇਜ਼ ਸੇਇੰਗ ਟੂ ਅਸ, ਵਾ ਇਸ ਗੁਰੂ ਨਾਨਕ ਮਹਾਰਾਜ ਸੇਇੰਗ ਟੂ ਮੀ। ਇੱਦਾਂ ਨਹੀਂ ਕਿ ਪੜ੍ਹ ਪੜ੍ਹ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, 10 ਪਾਠ ਜਪਜੀ ਸਾਹਿਬ ਦੇ ਕਰ ਰਹੇ ਹਾਂ, 5 ਪਾਠ ਕਰ ਲੈ, ਪਰ ਨਾਲ ਅਰਥ ਵੀ ਪੜ੍ਹ ਕਿ ਵਾਹਿਗੁਰੂ ਮਹਾਰਾਜ ਸਿੰਘ। ਮੈਂ ਬੜੀ ਵਾਰ ਆਖਦਾ ਹੁੰਦਾ, ਗੋਰੇ ਦੀਸ ਕ੍ਰਿਸਚੀਅਨ ਪੀਪਲ ਦੇ ਸੇ ਇਨ ਦੇਅਰ ਰਿਲੀਜੀਅਨ, ਇਨਸਟੈਡ ਆਫ ਪ੍ਰੇਇੰਗ ਵਾਈ ਡੋਨਟ ਯੂ ਬਿਕਮ ਦ ਪ੍ਰੇਅਰ, ਇਨਸਟੈਡ ਆਫ ਪ੍ਰੇਇੰਗ। ਬਾਣੀ ਆਪਾਂ ਪੜ੍ਹਦੇ ਹਾਂ, ਪਰ ਆਪ ਬਣੀਏ, ਸ਼ਬਦ ਉਹ ਬਣੀਏ, ਭਾਵ ਗੁਣ ਅੰਦਰ ਧਾਰਨ ਕਰੀਏ। ਜਦੋਂ ਮਹਾਰਾਜ ਹੁਣ ਵਿਚਾਰ ਆਪਾਂ ਇੱਧਰ ਨੂੰ ਤੁਰ ਪਈ ਆ, ਵਾਪਸ ਆਈਏ ਇਤਿਹਾਸ ਵੱਲ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਵਾਪਸ ਆਇਆ, ਮਹਾਰਾਜ ਨੇ ਪੁੱਛਿਆ ਉਹ ਜੇਤੇ ਆ ਕੋਈ ਹੈ ਨਹੀਂ ਸੀ ਉੱਥੇ ਦਾ ਸਟੋਪ ਦੇ ਸਾਹਮਣੇ? ਉਸ ਵੇਲੇ ਭਾਈ ਜਾਤਾ ਜੀ ਕਹਿਣ ਲੱਗਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਆ ਜਿਹੜਾ ਨਾ ਰਹੂ ਸੀ। ਫਿਰ ਉਸ ਵੇਲੇ ਮਹਾਰਾਜ ਕਹਿਣ ਲੱਗੇ, ਜੇਤੇ ਆ ਕੋਈ ਗੱਲ ਨਹੀਂ, ਇੱਕ ਦਿਨ ਆਏ ਇੱਕ ਦਿਨ ਆਊਗਾ।
ਮੋਲ ਜਾਈਦਾ ਸੀਰਤ ਮੋਲ ਲੈਂਦੇ ਸੀਰਤ ਸਿਰਫ ਤੁਰ ਲੈਂਦੇ ਦੂਰੋਂ ਪਤਾ ਲੱਗਦਾ ਉਹ ਵੇਖੋ ਸਰਦਾਰ ਤੁਰਿਆ ਉਹ ਵੇਖੋ ਕਿਉਂ ਸਿਰ ਤੇ ਦਸਤਾਰਾ ਲੰਮਾ ਦਾੜਾ ਪ੍ਰਕਾਰ ਦਾ ਪਤਾ ਲੱਗੂਗਾ ਦੂਰੋਂ ਪਤਾ ਲੱਗਦਾ ਆਈਡੈਂਟੀ ਕੱਲ ਦਰਬਾਰ ਕੋਈ ਸਾਨੂੰ ਕੋਈ ਤੋਹਫਾ ਦੇਵੇ ਆਪਾਂ ਸਾਂਭ ਕੇ ਰੱਖਦੇ ਕੋਈ ਸਾਨੂੰ ਗਿਫਟ ਦੇਵੇ ਫਲਾਣੇ ਨੇ ਮੈਨੂੰ ਆਹ ਸੂਟ ਦਿੱਤਾ ਫਲਾਣੇ ਨੇ ਮੈਨੂੰ ਆਹ ਘੜੀ ਦਿੱਤੀ ਫਲਾਣੇ ਨੇ ਮੈਨੂੰ ਆਹ ਪੈਨ ਦਿੱਤਾ ਆਪਾਂ ਸਾਂਭ ਕੇ ਰੱਖਦੇ ਆ ਸੁੱਖਾ ਕੱਲ ਵੀ ਧਰਮਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਰਾ ਸਰਬੰਸ ਦੇ ਸੈਕਰੀਫਾਈਸ ਐਵਰੀਥਿੰਗ ਤੈਨੂੰ ਅਮਲ ਦੀ ਦਾਤ ਆ ਪੰਜ ਕਕਾਰ ਦਿੱਤੇ ਕੱਲ ਵੀ ਧਰਮੇ ਤੂੰ ਉਹ ਵੀ ਵਾਪਸ ਮੂੰਹ ਤੇ ਸੁੱਟਦੇ ਮੈਨੂੰ ਲੋੜ ਨਹੀਂ ਆਪਣਾ ਸਤਨਾਮ ਮੈਨੂੰ ਕੋਈ ਲੋੜ ਨਹੀਂ ਹੈ ਕਕਾਰਾਂ ਦੀ ਮੈਨੂੰ ਕੇਸਾਂ ਦੀ ਲੋੜ ਨਹੀਂ ਆਹੋ ਕੇਸ ਮੈਨੂੰ ਕਿਰਪਾਨ ਦੀ ਲੋੜ ਨਹੀਂ ਕਿਉਂ ਕਿਰਪਾਨ ਡੁੱਬਦੀ ਹੈ ਕਿਰਪਾਨ ਡੁੱਬਦੀ ਹੈ ਇਹ ਬਹਾਨੇ ਨੇ ਗੁਰਮੁਖ ਸਾਡੇ ਚੰਗਾ ਬਖਸ਼ਿਆ ਕੱਲ ਕੀ ਧਰਮ ਪੰਜ ਕਕਾਰ ਸਾਨੂੰ ਬਖਸ਼ੇ ਬਾਜਾ ਵਾਲੇ ਨੇ ਆ ਤੋਹਫੇ ਦਿੱਤੇ ਮੈਂ ਤਾਂ ਆਖਦਾ ਹੁੰਦਾ ਆ ਸਿੱਖਾਂ ਦੇ ਗਹਿਣੇ ਨੇ ਵਧੀਆ ਤੋਂ ਵਧੀਆ ਸਰੀਰ ਸਾਹਿਬ ਪਾਓ ਵਧੀਆ ਤੋਂ ਵਧੀਆ ਦਸਤਾਰ ਬਣੋ ਪਤਾ ਲੱਗੇ ਕਿ ਕੱਲ ਕੀ ਧਰ ਦਾ ਲਾਡਲਾ ਤੁਰਿਆ ਜਿੱਥੇ ਬਾਣਾ ਅੰਦਰੋਂ ਬਾਣੀ ਵੀ ਹੋ ਨਾ ਬਾਣਾ ਨਾ ਬਾਣੀ ਲੱਖਾਂ ਕੱਲ ਕੀ ਧਰਮਾਰਾ ਨੇ ਚਿੱਠੀਆਂ ਭੇਜੀਆਂ ਨਾਨਕ ਨਾਮ ਲੇਵਾ ਸੱਦੇ ਭੇਜੇ ਗੁਰਮੁਖੋ ਜੇ ਗੁਰੂ ਆਵਾਜ਼ ਮਾਰੇ ਕਿਉਂ ਨਾ ਖੁਸ਼ੀ ਚੜ੍ਹ ਜਾਏ ਮੈਂ ਤਾਂ ਬੜੀ ਵਾਰ ਆਖਦਾ ਹੁੰਦਾ ਆਪਾਂ ਕਹਿੰਦੇ ਹਾਂ ਕਿ ਉਦੋਂ ਚਿੱਠੀਆਂ ਭੇਜੀਆਂ ਸੀਗੀਆਂ ਕਿ ਮਹਾਰਾ ਨੇ ਸੱਦੇ ਭੇਜੇ ਕਿ ਆਓ ਸਮਾਗਮ ਹੋਣਾ ਪਹੁੰਚਿਓ ਅਨੰਦਪੁਰ ਸਾਹਿਬ ਦ ਡੇਟ ਮਹਾਰਾਜ ਗਈ ਮੈਂ ਤਾਂ ਆਖਦਾ ਜੇ ਅੱਜ ਵੀ ਬੈਠਾ ਅੱਜ ਵੀ ਤੈਨੂੰ ਚਿੱਠੀ ਮਿਲੀ ਹੋਣੀ ਆ ਕਿ ਆ ਕੇ ਸੰਗ ਚ ਬਹਿ ਜਾ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਂ ਪ੍ਰੀਖਿਆ ਜੀਓ ਭਾਗਾਂ ਦੇ ਨਾਲ ਆਉਂਦਾ ਹੁੰਦਾ ਇੱਥੇ ਸੰਗ ਜਿਵੇਂ ਪਹਿਲਾਂ ਬੇਨਤੀਆਂ ਕੀਤੀਆਂ ਸੀ 1699 ਸੰਗ ਜਦੋਂ ਪਹੁੰਚੀ ਸ਼ਬਦ ਲੱਗੇ ਹੋਏ ਨੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇੱਦਾਂ ਦੇ ਸ਼ਬਦ ਲੱਗੇ ਨੇ ਸੰਗਤ ਆਪਸ ਵਿੱਚ ਹੀ ਵਿਚਾਰ ਕਰਦੇ ਨੇ ਕਿ ਆਹ ਕੀ ਆ ਅੱਜ ਕੀ ਮਹਾਰਾਜ ਨੇ ਕਰਨਾ ਅੱਜ ਕੀ ਕੌਤਕ ਹੋਣਾ ਮਹਾਰਾਜ ਆਖਦੇ ਨੇ ਕਿ ਜੇ ਇਸ ਮਾਰਗ ਤੇ ਤੁਰਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣ ਕਾ ਤੋ ਆਓ ਹਮਾਰੇ ਬਸ ਹੁਣ ਇਹਦਾ ਕੀ ਭਾਵ ਆ ਗੁਰਮੁਖੋ ਵਟ ਇਜ਼ ਮਹਾਰਾਜ ਮੀਨ ਬਾਈ ਦਿਸ ਪਹਿਲਾ ਮਰਨ ਕਬੂਲ ਭਾਵ ਦੁਨੀਆਂ ਤੋਂ ਮਰ ਜਾ ਇਹ ਨਹੀਂ ਮਹਾਰਾਜ ਕਹਿੰਦੇ ਕਿ ਲਿਟਰਲੀ ਖੇਲ ਜੋ ਸਾਹਿਬ ਮਹਾਰਾਜ ਮੀਨਸ ਡਾਈ ਫਰਮ ਦਿਸ ਵਰਲਡ ਡਿਟੈਚ ਯੋਰ ਸੈਲਫ ਆਪਾਂ ਤਾਂ ਦਿਨ ਪਰ ਦਿਨ ਅਟੈਚਮੈਂਟ ਸਾਡੀ ਵਧੀ ਜਾਂਦੀ ਮੇਰਾ ਬੱਚਾ ਮੇਰਾ ਬੱਚਾ ਮੇਰਾ ਪਰਿਵਾਰ ਮੇਰਾ ਪਰਿਵਾਰ ਆਪਾਂ ਤਾਂ ਇਸ ਤੋਂ ਦੂਰ ਹੋਣਾ ਸੀ ਸਾਨੂੰ ਤਾਂ ਮੋਹ ਪਈ ਜਾਂਦਾ ਹੋਰ ਪਈ ਜਾਂਦਾ ਹੋਰ ਪਈ ਜਾਂਦਾ ਬੱਚੇ ਸੀਗੇ ਮਾਤਾ ਦੇ ਗਰਭ ਵਿੱਚ ਵੀ ਵਰ ਡੈਂਗਲਿੰਗ ਅਪਸਾਈਡ ਡਾਊਨ ਇਨ ਦ ਮਦਰਸ ਵੂਮ ਵੀ ਵਰ ਡੈਂਗਲਿੰਗ ਅਪਸਾਈਡ ਡਾਊਨ ਐਂਡ ਵੀ ਵਰ ਪ੍ਰੇਇੰਗ ਡੇ ਐਂਡ ਨਾਈਟ ਦਿਨ ਰਾਤ ਪੁਕਾਰਾਂ ਕਰਦੇ ਸੀ ਦਿਨ ਰਾਤ ਅਭਿਆਸ ਵਿੱਚ ਜੁੜੇ ਸੀ ਅਭਿਆਸ ਭਾਵ ਉਹਦੀ ਯਾਦ ਵਿੱਚ ਮਾਤਾ ਕੇ ਅਗਨ ਮੈਂ ਪ੍ਰਿਥ ਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਇਨ ਮਦਰਸ ਵੂਮ
ਅਗਨੀ ਵਿੱਚ ਸੀ ਇਨ ਫਾਇਰ ਯਾਦ ਕਰਦਾ ਸੀ ਕਿ ਮੈਨੂੰ ਇਸ ਤੋਂ ਕੱਢੋ ਟੇਕ ਮੀ ਆਊਟ ਆਫ ਦਿਸ ਫਾਇਰ ਇਸ ਅਗਨੀ ਵਿੱਚੋਂ ਕੱਢੋ ਮੈਂ ਦੁਨੀਆ ਵਿੱਚ ਜਾ ਕੇ ਨਾਮ ਜਪਾਂਗਾ ਮੈਂ ਯਾਦ ਕਰੂੰ ਹੋਰਾਂ ਨੂੰ ਵੀ ਦੱਸੂੰ ਕਿ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਧਿਆਨ ਵਿੱਚ ਜੁੜਿਆ ਯਾਦ ਰੱਖਿਆ ਕਰੋ ਪਰ ਕੀ ਹੋਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ The day when we were born, our attachment broke away from Vaheguru, from God. And when that attachment broke, day went on and on and on, and our more increased and increased and increased. More vadhi gaya, our attachment increased and increased. Par Gurmukho, aap vich main eh benti kariya karda hunda ki Maharaj eh nahi keh rahe ki apne aap nu maar de. Maharaj eh keh rahe ne ki duniya to mar ja pa. ਅਟੈਚਮੈਂਟ ਦੂਰ ਕਰ ਸੰਸਾਰ ਵਿੱਚ ਰਹਿੰਦਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਜੈਸੇ ਜਲ ਮੈਂ ਕਮਲ ਇਵੇਂ ਪਰਿਵਾਰ ਵਿੱਚ ਰਹਿ ਕਿ ਮਨਾ ਕੋਈ ਗੱਲ ਨਹੀਂ ਬੱਚੇ ਨੇ ਪਰਵਰਿਸ਼ ਕਰਨੇ ਨੇ ਸਕੂਲਾਂ 'ਚ ਭੇਜਣਾ ਪੜ੍ਹਾਈਆਂ ਪੜ੍ਹਾਉਣੀਆਂ ਨੇ ਆਮ ਕਹਿੰਦੇ ਟੀਚ ਮਾਈ ਖੇਡ ਜਿੱਥੇ ਦੁਨਿਆਵੀ ਪੜ੍ਹਾਈ ਪੜ੍ਹਾਉਣੀ ਆ ਨਾਲ ਮੈਂ ਸਿੱਖੀ ਵੀ ਇਤਿਹਾਸ ਵੀ ਸਿਖਾ ਲੈਣਾ ਸਵੇਰ ਨੂੰ ਬੱਚੇ ਨੂੰ ਉਠਾਲਣਾ ਇਹ ਨਹੀਂ ਕਿ ਸਵੇਰ ਨੂੰ ਉੱਠ ਕੇ ਕਾਰਟੂਨ ਹੀ ਲਾਤੇ ਦੇਖ ਲਾ ਪੈਪਰ ਪੇ ਦੇਖ ਲਾ ਬਾਕੀ ਵੀ ਲੱਗੇ ਹੋਏ ਹੁੰਦੇ ਨੇ ਸਵੇਰੇ ਸਵੇਰੇ ਸਪੰਜਬੌਬ ਜਿੱਦਾਂ ਦੇ ਤੁਸੀਂ ਲਾ ਲੈਂਦੇ ਸਵੇਰ ਨੂੰ ਬੱਚੇ ਨੂੰ ਕਾਰਟੂਨ ਲਾ ਕੇ ਕਹਿੰਦੇ ਆ ਪੁੱਤਰਾ ਤੂੰ ਕਾਰਟੂਨ ਵੇਖ ਨਾਲੇ ਪ੍ਰਸ਼ਾਸਾ ਵੀ ਛੱਡ ਹੈਵ ਯੂਰ ਬ੍ਰੈਕਫਾਸਟ ਇਨ ਦ ਮਾਰਨਿੰਗ ਪਰ ਗੁਰਮੁਖੋ ਫਿਰ ਆਪਾਂ ਕਹਿੰਦੇ ਹਾਂ ਬੱਚੇ ਰੌਲਾ ਬਹੁਤ ਪਾਉਂਦੇ ਆ ਬੱਚੇ ਛਾਲਾ ਬਹੁਤ ਮਾਰਦੇ ਨੇ ਵਾਈ ਜੈਸੀ ਸੰਗਤ ਤੈਸੀ ਰੰਗਤ ਤਾਂ ਹੀ ਛਾਲਾ ਮਾਰਦੇ ਨੇ ਜਿਹੋ ਜਿਹੀ ਸੰਗਤ ਕਰਦੇ ਆ ਸਵੇਰ ਨੂੰ ਉੱਠ ਕੇ ਜਿਵੇਂ ਕਾਹਨੂੰ ਛਾਲਾ ਮਾਰਦੇ ਆ ਉਦਾਂ ਹੀ ਸਾਡੇ ਬੱਚੇ ਵੀ ਛਾਲਾ ਮਾਰਦੇ ਨੇ ਮਾਵਾਂ ਨੂੰ ਬੇਨਤੀ ਆ ਸਵੇਰ ਨੂੰ ਤਿਆਰ ਕਰਦੀਆਂ ਨੇ ਮਾਵਾਂ ਬੱਚਿਆਂ ਨੂੰ ਸਵੇਰ ਨੂੰ ਉੱਠਣ ਅਨੁਸਾਰ ਪੁੱਤਰ ਨੂੰ ਕਿਹਾ ਇਹਨਾਂ ਕਿਹਾ ਕਰ ਉੱਠ ਸਕੂਲ ਟਾਈਮ ਗਰੋ ਗੱਲੇ ਕਿਉਂ ਸਕੂਲ ਇੱਦਾਂ ਨਾ ਕਿਹਾ ਕਰ ਇੱਦਾਂ ਕਿਹਾ ਕਰ ਪੁੱਤਰਾ ਉੱਠ ਵਾਹਿਗੁਰੂ ਬੋਲ ਧੀਏ ਉੱਠ ਫਤਿਹ ਬੁਲਾਇਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਪਨ ਤੋਂ ਬੱਚੇ ਨੂੰ ਸਿੱਖੀ ਨਾਲ ਜੋੜ ਦੇ ਵੱਡਾ ਹੋ ਕੇ ਜੇ ਮੁਨਕਰ ਹੋ ਜਾਏਗਾ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆ ਜਾਏਗਾ ਜਿਹੜਾ ਮਾਂ ਪਿਤਾ ਨੇ ਉਹ ਬੀਜ ਬੀਜਿਆ ਬੱਚੇ ਵਿੱਚ ਵਨ ਡੇ ਵਿਲ ਕਮ ਵਨ ਡੇ ਵਿਲ ਕਮ ਐਂਡ ਦੈਟ ਕਿਡ ਵਿਲ ਸੇ ਵਾਟ ਹੈਵ ਆਈ ਡਨ ਆਈ ਮੇਡ ਸੱਚ ਅ ਬਿਗ ਮਿਸਟੇਕ ਇਨ ਮਾਈ ਲਾਈਫ ਆਈ ਕਟ ਮਾਈ ਹੈਰ ਆਈ ਸਟਾਰਟਡ ਡੂਇੰਗ ਦਿਸ ਬਟ ਲੁੱਕ ਐਟ ਦ ਜੀਵਨ ਆਫ ਕਲਕੱਤਾ ਮਾਰਾ ਆਈ ਐਮ 20 ਇਅਰਸ ਓਲਡ ਦੇ ਸੋ ਮਨੀ ਅਦਰ ਬੋਇਜ਼ ਆਰ 20 ਇਅਰਸ ਓਲਡ ਐਂਡ ਦੇ ਲਿਵਿੰਗ ਇਟ They're Amritari, they've got long daadi on that, they've got long beards, why can't I do that? Oh, beej, jira maata pita ne beejeya, ek din jarur hara hai. Tu apna farj pura kar lai, bache naam manan koi gal nahi, par jarur ek din aoga, vaapas aa jaange. Vaapas aonge, tu pa maa jyonda hume, if you're alive, or if you die. Mare to baad bande nu o galla yaad aati. Sachi galla. ਇੰਡੀਆ ਵਿੱਚ ਰਹਿੰਦੇ ਸੀਗੇ ਇੰਡੀਆ ਵਿੱਚ ਇਹ ਹੁੰਦਾ ਸੀ ਅਮਰੀਕਾ ਜਾਈਏ ਕੈਨੇਡਾ ਜਾਈਏ ਆ ਗਿਆ ਪ੍ਰਿੰਸ ਜੋਰਜ ਹੁਣ 50 ਸਾਲ ਹੋ ਗਏ ਆ ਪ੍ਰਿੰਸ ਜੋਰਜ ਮਿਲਾਂ ਵਿੱਚ ਕੰਮ ਕਰਦੇ ਹਨ ਹੁਣ ਉਹ ਦਿਨ ਯਾਦ ਆਉਂਦੇ ਆ ਜਦੋਂ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਸੀ ਆਉਂਦੇ ਕਿ ਨਹੀਂ ਆਉਂਦੇ ਉਹ ਦਿਨ ਯਾਦ ਆਉਂਦੇ ਨੇ ਜਦੋਂ ਆਨੰਦ ਵਿੱਚ ਰਿਹਾ ਕਰਦੇ ਸੀ ਉਹ ਦਿਨ ਯਾਦ ਆਉਂਦੇ ਆ ਇੰਡੀਆ 'ਚ ਜਦੋਂ ਪੱਕੀਆਂ ਆਪਣੇ ਕੋਈ ਤਿਆਰ ਨਹੀਂ ਕਰਦਾ ਪੈਂਦਾ ਸੀਗਾ ਬਸ ਘਰ ਨੂੰ ਆਉਂਦੇ ਸੀਗੇ ਕੰਮਾਂ ਸਕੂਲਾਂ ਤੋਂ ਪ੍ਰਸ਼ਾਸਾ ਮਿਲਦਾ ਸੀ ਪੱਕਿਆ ਪਕਾਇਆ ਉਹ ਦਿਨ ਯਾਦ ਆਉਂਦੇ ਕਿ ਨਹੀਂ ਆਉਂਦੇ ਉਹ ਗੱਲਾਂ ਜੋ ਮਾਂ ਕਹਿੰਦੀ ਹੁੰਦੀ ਸੀ ਪਹਿਲਾਂ ਉਹ ਅੱਜ ਯਾਦ ਮਾਂ ਚਲ ਗਈ ਦੁਨੀਆ ਤੋਂ ਉਹ ਗੱਲਾਂ ਯਾਦ ਨਹੀਂ ਮਾਮੂ ਮਿਸਟਰੀ ਸਹੀ ਦੇ ਮਾ ਡੈਡ ਮਿਸਟਰੀ ਸਹੀ ਦੇ ਇਹ ਫਲਾਨਾ ਇੱਦਾਂ ਦੱਸਦਾ ਹੁੰਦਾ ਸੀ ਫਿਰ ਸਾਨੂੰ ਯਾਦ ਆਉਂਦੀ ਕਿ ਉਹ ਗੱਲਾਂ ਵੀ ਸਹੀ ਸੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਫਿਰ ਐਕਸਪੀਰੀਅੰਸ ਵਿੱਚੋਂ ਸਾਨੂੰ ਪਤਾ ਲੱਗਦਾ ਕਿ ਵਟ ਦੇ ਸੈਡ ਵਾਸ ਰਾਈਟ ਮੈਂ ਕੀ ਕਰ ਬੈਠਾ ਵਿਛੜਾ ਕਦਰ ਉਦੋਂ ਪੈਂਦੀ ਆ ਬੰਦੇ ਦੀ ਜਦੋਂ ਦੁਨੀਆ ਤੋਂ ਜਾਂਦਾ ਸੱਚੀ ਗੱਲ ਆ ਮਾਤਾ ਪਿਤਾ ਬੱਚੇ ਨੂੰ ਸਮਝਾਉਂਦੇ ਨੇ ਫਿਰ ਬੱਚਾ ਕਹਿੰਦਾ ਮੈਂ ਮੁਨਕਰ ਹੋ ਗਿਆ ਮੈਂ ਗੁਰੂ ਤੋਂ ਬੇਮੁਖ ਹੋ ਗਿਆ ਕਿਉਂ ਨਾ ਮਨਾ ਵਾਪਸ ਸਿੱਖੀ ਵੱਲ ਆ ਜਾਵੇ ਕਿਉਂ ਨਾ ਮਨਾ ਮੈਂ ਵੀ ਕੇਸਦਾਰੀ ਰੱਖ ਲਾਂ ਐਂਡ ਪੀਪਲ ਮੇ ਬੀ ਥਿੰਕਿੰਗ ਵਾਈ ਡਸ ਹੀ ਐਮਫਸਾਈਜ਼ ਔਨ ਗਰੋਇੰਗ ਯੋਰ ਹੈਅਰ ਓ ਜੇ ਇਫ ਯੂ ਫਾਲੋ ਕ੍ਰਿਸਚੀਅਨ ਫੇਥ ਜਿੱਥੇ ਕੋਈ ਵੀ ਈਸਾਈ ਮਿਲੇ ਤੁਹਾਨੂੰ ਉਹਨੂੰ ਪੁੱਛੋ ਜੇ ਉਹ ਤੁਹਾਨੂੰ ਅੱਗੇ ਪੁੱਛੇ ਕਿ ਵਾਈ ਡੂ ਯੂ ਗ੍ਰੋ ਯੋਰ ਹੈ ਜੇ ਹਿੰਦੂ ਭਰਾ ਪੁੱਛੇ ਵਾਈ ਡੂ ਯੂ ਗ੍ਰੋ ਯੋਰ ਹੈ ਤੂੰ ਉਹਨਾਂ ਨੂੰ ਕਿਹਾ ਕਰ ਜਿਵੇਂ ਸ਼ਿਵਜੀ ਨੇ ਕੇਸ ਵਧਾਏ ਜਿਵੇਂ ਸ਼ਿਵਜੀ ਨੇ ਕੇਸ ਰੱਖੇ ਸੀ ਜਿਵੇਂ ਕ੍ਰਿਸ਼ਨਾ ਨੇ ਕੇਸ ਰੱਖੇ ਸੀ ਦ ਸੇਮ ਵੇ ਜੀਸਸ ਹੈਡ ਲੌਂਗ ਹੈ ਦੈਟਸ ਦ ਰੀਜ਼ਨ ਆਈ ਕੀਪ ਮਾਈ ਹੈਡ
ਲੋਕੀ ਪੁੱਛਦੇ ਨੇ ਕਿ ਵਾਈ ਡੂ ਯੂ ਗਰੋ ਯੋਰ ਹੈਅਰ। ਇਹ ਅੱਜ ਕੱਲ ਅੱਜ ਤੁਸੀਂ ਸਾਇੰਸ ਤੋਂ ਵੀ ਵੇਖ ਲਓ, ਸਾਇੰਸ ਨੇ ਵੀ ਪ੍ਰੂਵ ਕੀਤਾ ਯੋਗਾ ਔਨ ਦੀ ਇੰਟਰਨੈਟ ਰਿਸਰਚ ਕਿ ਬੰਦੇ ਵਿੱਚ ਸ਼ਕਤੀ ਸੈਲਫ ਕੰਫੀਡੈਂਸ ਕਮਸ ਬਾਈ ਹੈਵਿੰਗ ਲੌਂਗ ਹੈਅਰ। ਵੱਡੇ ਤੋਂ ਵੱਡਾ ਸਾਇੰਟਿਸਟ ਵੇਖ ਲਓ ਜਿਹਨੇ ਤਰੱਕੀਆਂ ਕੀਤੀਆਂ ਜ਼ਿੰਦਗੀ, ਉਹਨਾਂ ਦੇ ਵੀ ਕੇਸ ਲੰਬੇ ਲੰਬੇ ਹੁੰਦੇ ਸੀ। ਤੁਸੀਂ ਆਪ ਵੇਖ ਲਓ ਜੀਸਸ ਦੇ ਵੀ ਕੇਸ ਲੰਬੇ ਸੀ, ਮੁਸਲਮਾਨ ਵੀਰਾਂ ਦੇ ਤੁਸੀਂ ਮੁਹੰਮਦ ਸਾਹਿਬ ਨੂੰ ਵੇਖ ਲਓ, ਉਹਨਾਂ ਦੇ ਵੀ ਕੇਸ ਲੰਬੇ ਸੀ। ਆ ਭਗਵਾਨਾਂ ਨੂੰ ਵੇਖ ਲਓ, ਸ਼ਿਵ ਜੀ ਉਹਨਾਂ ਨੂੰ ਵੇਖ ਲਓ, ਇਹਨਾਂ ਦੇ ਵੀ ਕੇਸ ਲੰਬੇ ਹੁੰਦੇ ਸੀ। ਉਹ ਗੱਲ ਵੱਖ ਆ, ਉਹਨਾਂ ਨੇ ਕਿਹਾ ਜੀ ਕਿ ਮੇਰਾ ਰੂਪ ਤੁਹਾਡਾ ਰੂਪ ਬਣੇ, ਪਰ ਕਲਗੀਧਰ ਦਸ਼ਮੇਸ਼ ਨੇ ਵੇਖੋ ਕੀ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ। ਸਿੱਖਾ ਮੇਰੇ ਕੋਲ ਵੀ ਲੰਬੇ ਕੇਸ ਨੇ, ਮੇਰੇ ਕੋਲ ਵੀ ਦਾੜਾ, ਤੂੰ ਵੀ ਦਾੜਾ ਰੱਖ, ਤੂੰ ਵੀ ਕੇਸ ਵਧਾ, ਆਪਣਾ ਰੂਪ ਖਾਲਸੇ ਨੂੰ ਦੇ ਕੇ ਗਏ। ਖਾਲਸੇ ਵਿੱਚੋਂ ਮੇਰੇ ਦੀਦਾਰ ਹੋਣਗੇ, ਆਤਮਾ ਗੁਰੂ ਗ੍ਰੰਥ ਵਿੱਚ, ਸਰੀਰ ਗੁਰੂ ਪੰਥ ਵਿੱਚ। ਹੁਣ ਉਹ ਦਿਨ ਆਇਆ 1699, ਕਲਗੀਧਰ ਮਹਾਰਾਜ ਆਏ, ਤੰਬੂ ਕਹਿੰਦੇ ਨੇ, ਬਟ ਦੈਟਸ ਅ ਮੁਸਲਿਮ ਦੈਟ ਇਜ਼ ਰਾਈਟਨ ਰਿਟਨ ਵਾ ਐਕਚੁਅਲੀ ਹੈਪਨ ਐਟ ਦੈਟ ਪਲੇਸ। ਜੇ ਮੈਨੂੰ ਮਿਲਣਾ ਚਾਹੁੰਦੇ ਆ ਬਾਅਦ ਵਿੱਚ, ਮੈਂ ਤੁਹਾਨੂੰ ਲਿੰਕ ਵੀ ਦੇ ਸਕਦਾ। ਹੀ ਇਜ਼ ਰਿਟਨ ਵਾ ਐਕਚੁਅਲੀ ਹੈਪਨ ਇਨ 1699 ਸਿੱਖ ਗੁਰੂ ਦਾ। ਹੁਣ ਮੈਂ ਇੱਥੇ ਬੈਠਾ, ਤੁਸੀਂ ਕਹਿਣਾ ਇਹਨੇ ਤਾਂ ਸੋਭਾ ਕਰਨੀ ਕਰਨੀ ਹੈ, ਕਿਉਂ ਇਹ ਸਿੱਖ ਹੈ। ਪਰ ਜੇ ਕੋਈ ਹੋਰ ਧਰਮ ਦਾ ਬੰਦਾ ਸੋਭਾ ਕਰੇ, ਉਹ ਚੰਗੀ ਲੱਗਦੀ ਹੈ। ਮੁਸਲਮਾਨ ਉਹ ਦੱਸ ਰਿਹਾ ਕਿ ਜੋ 1699 ਵਿੱਚ ਹੋਇਆ ਸੀ, ਲੋਕ ਕਹਿੰਦੇ ਨੇ ਕਿ ਬੱਕਰੇ ਝਟਕਾ ਤੇ, ਪਰ ਉਹ ਮੁਸਲਮਾਨ ਕਹਿੰਦਾ ਕੋਈ ਬੱਕਰੇ ਨੂੰ ਝਟਕਾਇਆ ਸੀ। ਇੱਕ ਇੱਕ ਕਰਕੇ ਮਹਾਰਾਜ ਤੰਬੂ ਆਏ ਬਾਹਰ, ਕਹਿਣ ਲੱਗੇ ਸੀਸ ਦੀ ਲੋੜ ਹੈ, ਆਈ ਨੀਡ ਅ ਹੈਡ, ਸੀਸ ਚਾਹੀਦਾ। ਸ੍ਰੀ ਸਾਹਿਬ ਮਿਆਨੋਂ ਬਾਹਰ ਕੱਢੀ ਹੋਈ, ਜਿਹੜੇ ਪਿੱਛੇ ਖਲੋਤੇ ਸੀ ਉਹ ਤਾਂ ਆਪਸ ਵਿੱਚ ਹੀ ਗੱਲ ਕਰਨ ਲੱਗ ਪਏ ਕਿ ਗੁਰੂ ਤਾਂ ਪਤਾ ਨਹੀਂ ਪਾਗਲ ਹੋ ਗਏ, ਬਲੀ ਮੰਗ ਰਿਹਾ ਗੁਰੂ। ਇੱਥੇ ਤਾਂ ਜਾਨ ਪੈਂਦੀ ਆ ਸਰੀਰਾਂ 'ਚ, ਮੌਤ ਇੱਥੇ ਮਰਨ ਵਾਸਤੇ ਤਿਆਰ ਹੋ ਗਏ ਨੇ, ਮਾਰਦੇ ਨੇ ਲੋਕਾਂ ਨੂੰ, ਤੇ ਕਹਿੰਦੇ ਖਿਓ ਵੀ ਪਾਓ। ਜਿਹੜੇ ਪਿੱਛੇ ਸੀ ਕੱਚੇ ਝੜ ਜਾਂਦੇ ਨੇ, ਕੱਚੇ ਝੜ ਜਾਂਦੇ ਨੇ ਸਤਿਗੁਰ ਦਾ। ਆਪਾਂ ਨੀ ਇੱਥੇ ਖਲੋਣਾ, ਹੋਰ ਹੀ ਨਾ ਸਾਨੂੰ ਬੁਲਾ ਕੇ ਸਾਡਾ ਹੀ ਸੀਸ ਵੱਢ ਦੇਣ। ਪਰ ਗੁਰਮੁਖੋ ਪੰਜ ਆਏ, ਇੱਕ ਇੱਕ ਕਰਕੇ ਸੀਸ ਜੁਦਾ ਕੀਤਾ ਧੌਣਾ ਤੋਂ, ਦੇ ਵਿਲ ਬੀ ਹੈਡਡ। ਅਨੂ ਮੁਸਲਮਾਨ ਲਿਖਦਾ ਇਨ ਹਿਸ ਰਾਈਟਿੰਗ ਕਿ ਇਹ ਨਹੀਂ ਕਿ ਤੰਬੂ ਚ ਲੈ ਕੇ ਗਏ, ਵਾਰ ਆਏ ਖੂਨ ਲੱਗਾ ਸ੍ਰੀ ਸਾਹਿਬ, ਨਹੀਂ ਕਹਿੰਦੇ ਸਾਰੀ ਸੰਗਤ ਦੇ ਸਾਹਮਣੇ ਧੌਣਾ ਤੋਂ ਸੀਸ ਜੁਦੇ ਕੀਤੇ, ਸਭ ਦੇ ਸਾਹਮਣੇ। ਹੁਣ ਗੁਰਮੁਖੋ ਇੱਕ ਪਾਸੇ ਆਪਾਂ ਬਾਣੀ ਪੜ੍ਹਦੇ ਹਾਂ ਕਿ ਸਤਿਗੁਰ ਮੇਰਾ ਮਾਰ ਜੀਵਨ, ਕਿ ਮਾਰ ਕੇ ਜੀਵਾਲ ਵੀ ਕਰ ਸਕਦਾ, ਜਿਉਂਦਾ ਵੀ ਕਰ ਸਕਦਾ, ਇੱਕ ਖਿਓ ਸੋਹਣ ਬਿੰਦੇ ਮੈਂ ਚੁਲਾ। ਪਰ ਇੱਕ ਪਾਸੇ ਕਹਿੰਦੇ ਆ ਕਿ ਨਾ ਇਹਨਾਂ ਨੇ ਬੱਕਰੇ ਝਟਕਾਏ ਹੋਏ, ਪਰ ਗੁਰਮੁਖੋ ਜਿਹਦੀ ਸ਼ਰਧਾ ਗੁਰੂ ਤੇ ਹੋਵੇ ਉਹ ਇਹ ਆਖੇਗਾ ਕਿ ਗੁਰੂ ਘਰ ਵਿੱਚ ਇੰਪੋਸੀਬਲ ਕੈਨ ਬੀ ਪੋਸੀਬਲ। ਜਿਹੜਾ ਕੰਮ ਆਪਾਂ ਸੋਚ ਹੀ ਨਹੀਂ ਸਕਦੇ ਕਿ ਹੋ ਜਾਏਗਾ, ਜਿਹੜਾ ਗੁਰੂ ਨਾਨਕ ਦੇ ਦਰ ਘਰ ਨਾਲ ਜੁੜਿਆ, ਭਾਵ ਇੱਕ ਅਕਾਲ ਪੁਰਖ ਨੂੰ ਮੰਨਦਾ, ਇੱਕ ਓਅੰਕਾਰ ਨੂੰ ਮੰਨਦਾ, ਉਹ ਆਖਦਾ ਕੀ ਨਹੀਂ ਹੋ ਸਕਦਾ, ਸੱਚੇ ਸਾਹਿਬਾ ਕਿਆ ਨਹੀਂ ਤੇਰੇ, ਕੀ ਨਹੀਂ ਹੋ ਸਕਦਾ, ਕੀ ਨਹੀਂ ਤੇਰੇ ਘਰ ਵਿੱਚ, ਯੂ ਕੈਨ ਡੂ ਐਨੀਥਿੰਗ, ਇੰਪੋਸੀਬਲ ਕੈਨ ਬੀ ਪੋਸੀਬਲ ਇਨ ਯੋਰ ਹਾਊਸ।
ਹੁਣ ਗੁਰਮੁਖੋ ਲੋਕੀ ਜਿਹੜੇ ਡਾਕਟਰ ਕਹਿੰਦੇ ਸੀ ਨਹੀਂ ਬਚਦਾ ਕੈਂਸਰ ਦੀ ਬਿਮਾਰੀ ਆ, ਅਰਦਾਸ ਕੀਤੀ ਬਾਣੀ ਪੜ੍ਹੀ ਉਹਦਾ ਕੈਂਸਰ ਦੂਰ ਹੋ ਗਿਆ। ਕਿਉਂ ਠੀਕ ਹੋਇਆ? ਹੋ ਗਿਆ ਠੀਕ। ਜਿਹਨੂੰ ਆਪਾਂ ਕਹਿੰਦੇ ਸੀ ਨਹੀਂ ਠੀਕ ਹੋਣ ਵਾਲਾ, ਇਟ ਇੰਪੋਸੀਬਲ ਦੈਟ ਯੂ ਵਿਲ ਗੈਟ ਬੈਟਰ, ਇੰਪੋਸੀਬਲ ਪੋਸੀਬਲ ਹੋ ਗਿਆ। ਮੇਰੇ ਕਹਿਣ ਦਾ ਭਾਵ ਗੁਰਮੁਖੋ ਮੁਸਲਮਾਨ ਲਿਖ ਰਿਹਾ ਕਿ ਧੌਣਾ ਤੋਂ ਸੀਸ ਜੁਦੇ ਕੀਤੇ, ਵਨ ਬਾਈ ਵਨ ਦੇ ਵੇ ਬਿਹੇਡਡ। ਇਹ ਨਹੀਂ ਵੇਖਿਆ ਕਿ ਕਿਹਦਾ ਸੀਸ ਕਿੱਥੇ ਪਿਆ, ਕਿਹਦਾ ਧੜ ਕਿੱਥੇ ਪਿਆ, ਹੂਜ਼ ਬਾਡੀ ਡਸ ਦਿਸ ਬਿਲੋਂਗ ਟੂ, ਹੂਜ਼ ਹੈਡ ਡਸ ਦਿਸ ਬਿਲੋਂਗ ਟੂ। ਕਹਿੰਦੇ ਪੰਜ ਬਾਣੀਆਂ ਪੜ੍ਹੀਆਂ, ਕਹਿੰਦੇ ਨਵਾਜ਼ਾਂ ਪੜ੍ਹੀਆਂ। ਮੁਸਲਮਾਨ ਲਿਖ ਰਿਹਾ ਕਿ ਨਵਾਜ਼ਾਂ ਪੜ੍ਹਨ, ਕੋਈ ਕਲਮ ਪੜ੍ਹੀ। ਹੁਣ ਸਿੱਖਾਂ ਨੂੰ ਤਾਂ ਪਤਾ ਕਿਹੜੀਆਂ ਸੀ, ਜਪਜੀ ਸਾਹਿਬ, ਜਾਪ ਸਵਾਈਏ, ਚੌਪੜੀ ਸਾਹਿਬ, ਰੰਗ ਸਾਹਿਬ, ਪੰਜ ਬਾਣੀਆਂ ਦਾ ਜਾਪ ਕੀਤਾ, ਅੰਮ੍ਰਿਤ ਤਿਆਰ ਕੀਤਾ। ਤਿਆਰ ਕਰਕੇ ਇਹ ਨਹੀਂ ਵੇਖਿਆ ਕਿਹਦਾ ਸੀਸ, ਕਿਹਦਾ ਕਿਹਦਾ ਧਾਰਾ, ਕਿਹਦੀ ਬਾਡੀ ਆ। ਇੱਕ ਇੱਕ ਕਰਕੇ ਸੀਸ ਧਰਤੇ ਨਾਲ ਜੋੜਿਆ, ਅੰਮ੍ਰਿਤ ਦਾ ਛਿੱਟਾ ਮਾਰਿਆ, ਬੋਲਿਆ ਮਹਾਰਾਜ ਕਲਗੀਧਰ ਪਾਤਸ਼ਾਹ ਨੇ, ਨਾਲ ਛਿੱਟਾ ਮਾਰਿਆ, ਨਾਲੇ ਕਿਹਾ ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਦੀ ਦੇਰ ਸੀ, ਇੱਕ ਇੱਕ ਸਿੱਖ ਉੱਠ ਕੇ ਫਤਿਹ ਦਾ ਜਵਾਬ ਦੇ ਗਿਆ। ਉਹ ਮੁਸਲਮਾਨ ਲਿਖ ਗਿਆ, ਇੱਕ ਇੱਕ ਸਿੰਘ ਇੱਕ ਉੱਠਿਆ। ਉਸ ਵੇਲੇ ਮਹਾਰਾਜ ਨੇ ਫਿਰ ਨਾ ਬਖਸ਼ੇ, ਇਹ ਮੇਰੇ ਪਿਆਰੇ ਦਇਆ ਸਿੰਘ, ਇਹ ਮੇਰੇ ਪਿਆਰੇ ਧਰਮ ਸਿੰਘ, ਇਹ ਮੇਰੇ ਪਿਆਰੇ ਹਿੰਮਤ ਸਿੰਘ, ਇਹ ਮੇਰੇ ਪਿਆਰੇ ਮੋਕਮ ਸਿੰਘ, ਇਹ ਮੇਰੇ ਪਿਆਰੇ ਸਾਹਿਬ ਸਿੰਘ। ਫਿਰ ਮਹਾਰਾਜ ਨੇ ਕਿਰਪਾ ਕੀਤੀ, ਉਸ ਵੇਲੇ ਅੰਮ੍ਰਿਤ ਛਕਾ ਕੇ ਵੇਖੋ। ਹੁਣ ਕੱਲਾ ਅੰਮ੍ਰਿਤ ਨਹੀਂ ਛਕਾਇਆ, ਆਪਾਂ ਕਿਉਂ ਕਹਿੰਦੇ ਹਾਂ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰੂ ਵੀ ਆਖਦੇ ਹਾਂ, ਠੀਕ ਹੈ, ਚੇਲਾ ਵੀ ਕਹਿੰਦੇ ਹਾਂ, ਚੇਲਾ ਮੀਨਸ ਡਿਸਾਈਪਲ। ਉਹ ਵਾਹ ਆ, ਵਾਹ ਵਾਹ, ਜਿਹਨੂੰ ਆਪਾਂ ਕਹਿੰਦੇ ਹਾਂ ਵਾਹ 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 ਵਾਹ, ਵਾਹੋ ਵਾਹੋ ਗੋਬਿੰਦ ਸਿੰਘ, ਓ ਵਾਹ, ਯੂ ਆਰ ਅਮੇਜ਼ਿੰਗ। ਕਿਉਂ? ਤੂੰ ਗੁਰੂ ਵੀ ਆਪੇ ਸੀ, ਤੂੰ ਚੇਲਾ ਵੀ ਆਪ ਬਣਵਾਇਆ। ਕੱਲਾ ਸਾਜਿਆ ਨਹੀਂ ਖਾਲਸਾ ਮਹਾਰਾਜ ਨੇ, ਨਵਾਜਿਆ ਵੀ। ਨਵਾਜਣ ਦਾ ਭਾਵ ਕੀ ਹੁੰਦਾ? ਵੈਨ ਯੂ ਬਾਉ ਡਾਊਨ ਟੂ ਸਮਵਨ, ਜਦੋਂ ਨਿਭਣਾ ਹੁੰਦਾ, ਵੈਨ ਵੀ ਸਲੂਟ ਸਮਵਨ, ਵੈਨ ਵੀ ਸਰੈਂਡਰ ਇਨ ਫਰੰਟ ਆਫ ਸਮਵਨ, ਉਹਨੂੰ ਕਹਿੰਦੇ ਆ ਨਵਾਜਣ। ਕੱਲ ਕੀਤਾ ਮਹਾਰਾਜ ਨੇ ਖਾਲਸਾ ਸਜਾ ਕੇ, ਫਿਰ ਆਖਿਆ ਦਇਆ ਸਿੰਘਾ, ਜਿਹੋ ਜਿਹੀ ਤੁਹਾਡੇ ਤੇ ਕਿਰਪਾ ਹੋ ਗਈ ਹੈ, ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ, ਮੇਰੇ ਤੇ ਵੀ ਕਰੋ ਕਿਰਪਾ। ਗੈਸਵਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਕਿ ਗੁਰੂ ਜੀ, ਜੇ ਸਿੱਖ ਸੀਸ ਦੇਵੇ ਤਾਂ ਗੁਰੂ ਵੀ ਸੀਸ ਦੇਵੇ, ਗੱਲ ਨਹੀਂ ਬਣਦੀ। ਇਫ ਅ ਡਿਸਾਈਪਲ ਗਿਵਸ ਹਿਸ ਹੈਡ, ਸੈਕਰੀਫਾਈਸਿਸ ਹਿਮਸੈਲਫ, ਗਿਵਸ ਹਿਸ ਹੈਡ, ਐਂਡ ਦ ਟੀਚਰ ਗਿਵਸ ਹਿਸ ਹੈਡ, ਕਹਿੰਦੇ ਗੱਲ ਨਹੀਂ ਬਣਦੀ। ਕੱਲ ਕੀ ਧਰ ਮਹਾਰਾਜ ਹੱਥ ਜੋੜ ਕੇ, ਜਾਚਕ ਬਣ ਕੇ ਅੰਮ੍ਰਿਤ ਲੋਚ ਰਹੇ ਨੇ, ਕਹਿਣ ਲੱਗੇ ਦਇਆ ਸਿੰਘਾ, ਤੂੰ ਸੀਸ ਦਾ ਇੱਕ ਪਾਸੇ ਰਿਹਾ, ਮੈਂ ਆਪਣੇ ਲਾਲ ਵੀ, ਆਪਣੀ ਮਾਂ ਵੀ, ਪਿਓਤਾ ਵਾਰਤਾ, ਮੈਂ ਆਪਣਾ ਪੁਰੀ ਵੀ, ਆਨੰਦਪੁਰ ਵੀ ਛੱਡ ਦੂੰਗਾ, ਮੈਂ ਆਪਣਾ ਖਜ਼ਾਨਾ ਵੀ ਛੱਡ ਦੂੰਗਾ, ਮੈਂ ਸਭ ਸੰਸਾਰ ਵਾਰ ਦੇਗਾ, ਮੈਂ ਸਾਰਾ ਸਰਬੰਸ ਵਾਰ ਦੇਗਾ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਸਾਨੂੰ ਲੋੜ ਆ ਕਿ ਨਹੀਂ ਲੋੜ? ਇਸ ਕੁਐਸਚਨ ਲੋੜ ਆ ਕਿ ਨਹੀਂ ਲੋੜ? ਜਿਹੜੇ ਮੇਰੇ ਬਜ਼ੁਰਗ ਬੈਠੇ ਨੇ, ਉਹਨਾਂ ਨੂੰ ਤਾਂ ਮੈਂ ਬੇਨਤੀਆਂ ਕਰਦਾ ਹਾਂ ਕਿ ਤੁਸੀਂ ਤਾਂ ਸ਼ੱਕੀ ਲੋ। ਇਹ ਨਾ ਸੋਚੋ ਕਿ ਸਵੇਰ ਨੂੰ ਨਿਤਨੇਮ ਹੁੰਦਾ ਕਿ ਨਹੀਂ ਹੁੰਦਾ, ਸਵੇਰ ਨੂੰ ਇਸ਼ਨਾਨ ਹੁੰਦਾ ਕਿ ਨਹੀਂ ਹੁੰਦਾ, ਗੋਡੇ ਨਹੀਂ ਚੁੱਲਦੇ, ਇਹ ਨਹੀਂ ਹੁੰਦਾ। ਤੁਸੀਂ ਪੰਜਾਂ ਸਿੰਘਾਂ ਅੱਗੇ, ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਜਾਓ, ਜਿਵੇਂ ਪੰਜ ਪਿਆਰੇ ਕਹਿਣਗੇ, ਜੇ ਨਹੀਂ ਪੜ੍ਹ ਸਕਦੇ ਸੁਣ ਤਾਂ ਸਕਦੇ। ਜਿਵੇਂ ਉਸ ਵੇਲੇ ਹੁਕਮ ਲੱਗੇਗਾ ਪੰਜਾਂ ਪਿਆਰਿਆਂ ਤੋਂ, ਵਿੱਚ ਵਰਤਦੇ ਨੇ ਕਲਗੀਧਰ ਪਾਤਸ਼ਾਹ ਪੰਜਾਂ ਪਿਆਰਿਆਂ ਚੋਂ, ਜਿਵੇਂ ਕਹਿਣਗੇ ਉਵੇਂ ਤੁਸੀਂ ਜ਼ਿੰਦਗੀ ਬਤੀਤ ਕਰ ਲਿਓ। ਪਰ ਇਹ ਨਾ ਤੁਸੀਂ ਰੋਕਣ ਦਿਓ ਕਿ ਮੈਂ ਬਜ਼ੁਰਗ ਹੋ ਗਈ ਹਾਂ, ਮੈਂ ਹੁਣ ਬਜ਼ੁਰਗ ਹੋ ਗਿਆ, ਅੰਮ੍ਰਿਤ ਨਹੀਂ ਛਕਿਆ ਜਾਣਾ। ਹੁਣ ਕਿੰਨੇ ਕਿੰਨੇ ਸਾਲ ਰਹਿ ਗਏ, ਤੁਸੀਂ ਆਪ ਤਜਰਬਾ ਲੈ ਕੇ ਅੱਗੇ। ਜਿਹੜਾ ਬੰਦਾ 40 ਸਾਲਾਂ ਦਾ ਹੋ ਜੇ, ਹੁਣ ਉਹਨੂੰ ਸੋਚ ਲੈਣਾ ਚਾਹੀਦਾ ਕਿ ਅੱਧ ਤੋਂ ਵੀ ਜ਼ਿਆਦਾ ਲੰਘ ਗਏ। ਕੋਈ ਕੌਣ 90 ਸਾਲਾਂ ਤੱਕ ਰਹਿੰਦਾ ਅੱਜ ਕੱਲ੍ਹ? ਸੋਚਿਆ ਜੀ, ਕੌਣ 100 ਸਾਲ ਤੱਕ ਰਹਿੰਦਾ? ਡਸ ਐਨੀਵਨ ਲਿਵ ਅਪ ਟੂ 90? ਅੱਜ ਕੱਲ੍ਹ ਸਾਡਾ ਖਾਣਾ ਇੱਦਾਂ ਦਾ ਆ, ਪੁਰਾਣੇ ਦਿਨਾਂ ਵਿੱਚ ਹਾਂ ਫਰੈਸ਼ ਔਰਗੈਨਿਕ ਫੂਡ ਸੀ, ਅੱਜ ਕੱਲ੍ਹ ਐਵਰੀਥਿੰਗ ਪ੍ਰੋਸੈਸਡ। ਇਹ ਖਾਣੇ ਕਰਕੇ ਬੰਦਿਆਂ ਦੀਆਂ ਉਮਰਾਂ ਵੀ ਘੱਟ ਗਈਆਂ ਨੇ। ਬਾਰ ਬਾਰ ਡਾਕਟਰ ਕਹਿੰਦੇ ਨੇ ਔਰਗੈਨਿਕ ਖਾਓ, ਔਰਗੈਨਿਕ ਵਾਈ ਸਿਹਤ ਵਾਸਤੇ ਵਧੀਆ ਹੈ, ਪਰ ਗੁਰਮੁਖੋ ਤੁਸੀਂ ਆਪ ਤਜਰਬਾ ਲਾ ਕੇ ਵੇਖ ਲਓ,
ਕੋਈ 90 ਸਾਲਾਂ ਤੱਕ ਕੋਈ ਵਿਰਲਾ ਹੋਵੇਗਾ, ਨਹੀਂ ਤਾਂ ਏਜ ਆਫ 60 ਔਰ 50 ਔਰ ਇਵਨ 70 ਇਫ ਯੂ ਆਰ ਲੱਕੀ ਔਰ ਇਵਨ 75। ਪਰ ਹੁਣ ਤਾਂ ਪੈਨਸ਼ਨ ਵੀ ਉਹਨਾਂ ਨੇ ਵਧਾ ਦਿੱਤੀ, ਉਹਨਾਂ ਨੂੰ ਪਤਾ ਹੀ ਆ ਕੋਈ ਪਹੁੰਚਦਾ ਤਾਂ ਹੈ ਨਹੀਂ ਇਸ ਉਮਰ ਤੱਕ, ਕੋਈ ਗੱਲ ਨਹੀਂ ਪੈਨਸ਼ਨ ਵੀ ਵਧਾ ਦਾਂਗੇ, ਦੇਣਾ ਨਾ ਪਵੇ ਪੈਸਾ ਲੋਕਾਂ ਨੂੰ। ਕੌਣ 75 ਸਾਲਾਂ ਤੱਕ ਰਹਿੰਦਾ ਅੱਜ ਕੱਲ੍ਹ? Who lives up to the ages of 80? No one does really. ਪਰ ਗੁਰਮੁਖੋ ਮੈਂ ਬੇਨਤੀ ਕਰਦਾ ਮਾਵਾਂ ਦੇ ਚਰਨਾਂ 'ਚ ਅਤੇ ਭਰਾਵਾਂ ਦੇ ਚਰਨਾਂ 'ਚ। ਵੈਂਕੂਵਰ ਤੋਂ 5 ਪਿਆਰੇ ਆ ਗਏ ਨੇ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਇੱਕ ਨਾਂ ਆ ਗਿਆ, ਵਨ ਨੇਮ ਹੈਜ਼ ਕਮ, ਆਪ ਨੂੰ ਦੱਸਿਆ ਗਿਆ। ਕਿਰਪਾ ਹੋ ਜੇ ਮਹਾਰਾਜ ਜੀ ਕਿ 2-3 ਹੋਰ ਵੀ ਨਾਂ ਤਿਆਰ ਹੋ ਜਾਣ, ਕਿ ਖੰਡਾ ਬਾਟਾ ਤਿਆਰ ਹੋ ਜੇ, ਐਤਵਾਰ ਨੂੰ ਅੰਮ੍ਰਿਤ ਸੰਚਾਰ ਰੱਖੀ ਜਾਏਗੀ ਜੇ ਪ੍ਰਾਣੀ ਹੋਰ ਵੱਧ ਜਾਣਗੇ। ਬਾਕੀ ਮੈਂ ਬੇਨਤੀ ਕਰਦਾ ਕਿ ਖਾਲਸਾ ਜਦੋਂ ਸਜਾਇਆ ਉਸ ਵੇਲੇ ਮਾਤਾ ਕਹਿਣ ਲੱਗੇ ਕਿ ਮੈਂ ਸਾਰਾ ਸਰਬੰਸ ਮਾਰ ਦੂੰ। ਸਾਰੇ ਬੋਲੇ ਗੁਰਬਾਣੀ ਦੀ ਪੰਕਤੀ, ਸੁਰਨ ਅਰਮਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਦੇ ਪਾਇਆ। ਮੇਰੇ ਵੀਰ ਭਰਾ ਵੀ ਗੱਜ ਕੇ ਬੋਲਿਓ, ਭੈਣਾਂ ਵੀ, ਸਭ ਦੀ ਰਸਨਾ ਪਵਿੱਤਰ ਹੋਵੇ ਸਾਰੇ। ਸੰਗਤ ਵਿੱਚ ਬੈਠ ਕੇ ਆਨੰਦ ਜ਼ਿਆਦਾ ਹੁੰਦਾ, ਸਟੇਜਾਂ 'ਤੇ ਬੈਠ ਕੇ ਇੱਕ ਐਡਵਾਂਟੇਜ ਹੁੰਦੀ ਆ, ਪਤਾ ਲੱਗਦਾ ਕੌਣ ਬੋਲਦਾ, ਕੌਣ ਸੁੱਤਾ ਪਿਆ, ਕੌਣ ਅਵਾਜ਼ੀਆਂ ਮਾਰ ਰਿਹਾ। ਯੂ ਕੈਨ ਟੈਲ ਫਰੋਮ ਹੇਅਰ। ਮੈਨੂੰ ਪਤਾ ਕਿ ਜਿਹੜੀਆਂ ਮਾਤਾਵਾਂ ਭੈਣਾਂ ਅੱਗੇ ਬੈਠੀਆਂ ਨੇ ਉਹ ਬੋਲਦੀਆਂ ਨੇ, ਪਿੱਛੇ ਹੌਲੀ ਹੌਲੀ ਪਿੱਛੇ ਨੂੰ ਜਾਂਦੇ ਆ, ਜਿਵੇਂ ਟੀਵੀ ਨਹੀਂ ਮਿਊਟ ਕਰ ਦਿੰਦਾ ਇਵੇਂ ਮਿਊਟ ਹੋ ਜਾਂਦੀਆਂ। ਭਰਾ ਵੀ ਇੱਦਾਂ ਹੀ ਨੇ, ਲੋਕੀ ਕਹਿੰਦੇ ਸਾਨੂੰ ਪਤਾ ਨਹੀਂ ਇਹ ਸਭੇ ਭੈਣਾਂ 'ਤੇ ਲਾਉਂਦੇ ਰਹਿੰਦੇ ਨੇ, ਨਾ ਇਕੁਆਲਿਟੀ ਆ ਉਹਦੇ 'ਚ, ਭਰਾਵਾਂ 'ਤੇ ਵੀ ਕਈ ਸਾਲ ਇਕੁਆਲਿਟੀ ਆ। ਚਲੋ ਗੱਜ ਕੇ ਬੋਲਿਆ ਕਰੋ ਗੁਰਬਾਣੀ ਪੰਜ ਸਾਰੇ ਬੋਲੇ ਅੰਮ੍ਰਿਤ ਪੀਆ ਸਤਿਗੁਰ।
ਬੁਆ ਤੀਆ ਜਿਵੇਂ ਆਪਾਂ ਨਹੀਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਫਲਾਣੇ ਦਾ ਕਿਵੇਂ ਦਾ ਦੁਆ ਤੀਆ ਹੀ ਮੈਨੂੰ ਪਤਾ ਕਰਾਉਣਾ ਬਸ ਤੂੰ ਹੀ ਹੈ ਹੋਰ ਕੋਈ ਮੇਰੀ ਨਜ਼ਰ ਵਿੱਚ ਨਹੀਂ ਆਉਂਦਾ ਗੁਰੂ ਤੋਂ ਗਿਆਨ ਅੰਮ੍ਰਿਤ ਨਾਮ ਅੰਮ੍ਰਿਤ ਖੰਡ ਦਾ ਅੰਮ੍ਰਿਤ ਮਿਲ ਜੇ ਪੀ ਲਈਏ ਫਿਰ ਅਵਰ ਨਾ ਔਰ ਨਾ ਦਾਨ ਹੋਰ ਜਾਣ ਦੇ
ਕੀ ਪਤਾ ਕਿਸੇ ਦਾ ਮਨ ਬਣੇ ਜਨਮ Oh,